गुरु नानक साहब जी ने उस समय की जी व्यवस्था से उस समय जो जुर्म हो रहे थे उन्होंने खिलाफ भी बुलंद की किसी के भी पै हेठ नहीं किसी के भी पै हेठ नहीं निरपय होके की। जे उन्होंने किसी राज भाग के विरुद्ध कहना पिया राजे श्री मुकदम कुत्ते कि उन्होंने कहा बड़ी दृढ़ता नाल जे उन्होंने कहना पिया कलकाती राजे कसाई धर्म पंख कर उडरिया कूल अमावस सच चंद्रमा दिसे ना ही कह चढ़िया हो भाल पुन्नी हुई अंधेरे राह न दिसे कोई। साडी सिख कौम ने भी हनेरा रस्ता बनिया होया ते अफसोस की गल है कि जेडे साडे आगू सी उह डीला बोका पा के साडी कौम दे दुश्मन साबित होए ते साबित होंदिया होंदिया 50 सालां च उहनां दी शुरुआती जिंदगी तो लैके अज तक देखिए ते उह गुनाहां नाल भरे होए ने ते दोषी ने ते सिख कौम नूं अज समा आ गया जदों उहनां नूं दोषी करार दे के ते अपने दिलां चों कर देना चाहीदा। अज असीं जिस वजह करके इकट्ठे होए हैं खहरा साहब ने तुहानू चंगी तरह समझा दिता रिपीट कर दिता असीं जिहड़ी मीटिंग कीती सी उहदे विच जिहड़े साडे समाज सामने समस्यावां सी उह इही सीगियां कि इक तां कोरोना इक साडा बड़ा महत्वपूर्ण पंजाब दा पंजाब दी किसानी अंदोलन दा मुद्दा जिहड़ा अज वी लखां दी गिणती च दिल्ली सड़कां ते बैठे ने ਅਸੀਂ ਕਿਤੇ ਵੀ ਕੋਈ ਗਲਤੀ ਨਾ ਕਰ ਬੈਠੀਏ ਕਿਉਂਕਿ ਇਸ਼ੂ ਬੜਾ ਵੱਡਾ ਹੈ। ਇੱਕ ਇਸ਼ੂ ਇਹ ਜਿਹੜਾ ਅੱਜ ਗੁਰੂ ਗ੍ਰੰਥ ਸਾਹਿਬ ਵਰਸਸ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਉਹਦੇ ਵਿੱਚ ਜੱਜ ਨੇ ਜਿਹੜੀ ਨਾਕਦ ਕੀਤੀ ਜਾਂ ਗਲਤੀ ਕੀਤੀ ਜਾਂ ਪਕਸ਼ਪਾਤ ਕੀਤਾ ਉਹ ਬਾਦਲ ਨੂੰ ਕਲੀਨ ਚਿੱਟ ਦਿੱਤੀ ਤੇ ਬਾਦਲ ਤਲਗੇ ਆ ਨੱਚਦੇ ਪਏ ਨੇ ਉਹ ਢੋਲ ਵਜਾ ਕੇ ਨੱਚਦੇ ਪਏ ਨੇ ਤੇ ਲੱਡੂ ਵੰਡਦੇ ਪਏ ਨੇ ਤੇ ਉਹ ਸਾਨੂੰ ਸਮਝ ਨਹੀਂ ਆ ਰਹੇ ਕਿਉਂ ਕਿਹਦੇ ਵਿਰੁੱਧ ਜਿੱਤੇ ਨੇ ਤੇ ਜੇ ਗੁਰੂ ਗ੍ਰੰਥ ਸਾਹਿਬ ਦੇ ਵਿਰੁੱਧ ਜਿੱਤੇ ਨੇ ਤੇ ਗੁਰੂ ਗ੍ਰੰਥ ਸਾਹਿਬ ਦੇ ਹੱਕ ਚ ਕੌਣ ਖੜੂਗਾ ਇਹ ਸਾਨੂੰ ਅੱਜ ਤੈਅ ਕਰਨਾ ਹੈ। ਅਸੀਂ ਜਾਣਦੇ ਹਾਂ ਜੋ ਕੁਛ ਅਸੀਂ ਕਹਿ ਰਹੇ ਹਾਂ ਇਹਦੇ ਵਿਰੁੱਧ ਸਾਨੂੰ ਅੰਦਰ ਕੀਤਾ ਜਾ ਸਕਦਾ ਸਾਨੂੰ ਕੋਈ ਪਰਵਾਹ ਨਹੀਂ ਭਾਵੇਂ ਫਾਂਸੀ ਤੇ ਲਟਕਾ ਦੇ ਕੋਈ ਸਾਨੂੰ ਕੋਈ ਪਰਵਾਹ ਨਹੀਂ ਹਾਈਕੋਰਟ ਦੀ ਨਾ ਉਹਦੇ ਜੱਜਾਂ ਦੀ ਉਸਨੂੰ ਅਸੀਂ ਗਲਤ ਕਹਾਂਗੇ ਤੇ ਅਸੀਂ ਨਹੀਂ ਗਲਤ ਕਹਿ ਰਹੇ ਸਾਰੀ ਜੁਡੀਸ਼ਰੀ ਗਲਤ ਕਹਿ ਰਹੀ ਹਾਈਕੋਰਟ ਦੇ ਜਿੰਨੇ ਪੰਜਾਬ ਹਰਿਆਣਾ ਹਾਈਕੋਰਟ ਦੇ ਵਕੀਲ ਨੇ ਜੱਜ ਨੇ ਸਾਰੇ ਇੱਕ ਰਾਏ ਨਾਲ ਕਹਿ ਰਹੇ ਕਿ ਇੱਕ ਪਕਸ਼ਪਾਤੀ ਫੈਸਲਾ ਤੇ ਗਿਣੀ ਮਿੱਠੀ ਸਾਜਿਸ਼ ਦੇ ਅਧੀਨ ਤੇ ਆਪਣੇ ਆਕਾ ਨੂੰ ਖੁਸ਼ ਕਰਨ ਲਈ ਇਹਨਾਂ ਚ ਇੱਕ ਵਕੀਲ ਤੇ ਇੱਕ ਜੱਜ ਬਣ ਕੇ ਉਹਨਾਂ ਨੇ ਆਪਣੀ ਡਿਊਟੀ ਨਿਭਾਈ ਵਰਨਾ ਇੱਕ ਸਿਪਾਹੀ ਹੋਵੇ ਉਹਦੀ ਤਨਖਾਹ 35 ਤੋਂ 40 ਹਜ਼ਾਰ ਹੋਵੇ ਤੇ ਉਹ ਚੀਮਾ ਸਾਹਿਬ ਨੂੰ ਵਕੀਲ ਕਰੇ ਉਹ ਅਗਰਵਾਲ ਸਾਹਿਬ ਨੂੰ ਵਕੀਲ ਕਰੇ ਜਿਹਨਾਂ ਦੀ ਇੱਕ ਪੇਸ਼ੀ ਨਹੀਂ ਕੋਈ ਹਜ਼ਾਰ ਸਾਰੀ ਜ਼ਿੰਦਗੀ ਦੇ ਸਕਦਾ ਤੇ ਇਹਨਾਂ ਦੇ ਪਿੱਛੇ ਕੌਣ ਆ ਉਹੀ ਲੋਕ ਨੇ ਜਿਹੜੇ ਅੱਜ ਭੰਗੜਾ ਪਾ ਰਹੇ ਨੇ ਲੱਡੂ ਵੰਡ ਰਹੇ ਨੇ ਤੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਅਜ਼ਮਤ ਦਾ ਮਜ਼ਾਕ ਉਡਾ ਰਹੇ ਨੇ। ਮੈਂ ਜੋ ਕੁਛ ਅੱਜ ਗੱਲਾਂ ਹੁੰਦੀਆਂ ਨੇ ਜੁਡੀਸ਼ਰੀ 'ਚ ਮੈਂ ਤੁਹਾਨੂੰ ਬੜੀਆਂ ਕਲੀਅਰ ਕੱਟ ਦੱਸ ਰਿਹਾ ਤੁਸੀਂ ਬਾਦਲ ਸਾਹਿਬ ਦੇ ਜਮਾਂਦਰ ਭਾਈਵਾਲ ਚੁਟਾਲਿਆਂ ਦੀ ਸਰਕਾਰ 2000 ਮਾਰਚ ਤੋਂ 2005 ਤੱਕ ਚੱਲੀ ਪ੍ਰੈਸ ਸਾਰੀ ਜਾਣਦੀ ਚੁਟਾਲਾ ਦੀ ਸਰਕਾਰ ਵਿੱਚ ਸ੍ਰੀ ਅਸ਼ੋਕ ਅਗਰਵਾਲ ਐਡਵੋਕੇਟ ਜਨਰਲ ਸਨ ਅਤੇ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਸ੍ਰੀ ਰਾਜਵੀਰ ਸਹਿਰਾਵਤ ਸਨ ਜਿਹੜੇ ਕਿ ਅੱਜ ਹਾਈਕੋਰਟ ਦੇ ਜੱਜ ਬਣ ਕੇ ਤੇ ਫੈਸਲਾ ਸੁਣਾ ਰਹੇ ਇਹਨਾਂ ਦੀਆਂ ਤੰਦਾਂ ਦੇਖੋ ਕਿੱਥੋਂ ਮਿਲਦੀਆਂ ਨੇ ਤੇ ਕਿਸ ਤਰ੍ਹਾਂ ਮਿਲਦੀਆਂ ਨੇ ਤੇ ਕਿੱਥੇ ਆ ਕੇ ਉਹਨਾਂ ਦਾ ਅਸਰ ਦਿਖਾਈ ਦਿੰਦਾ। ਚੁਟਾਲਾ ਸਰਕਾਰ ਤੋਂ ਬਾਅਦ ਅਸ਼ੋਕ ਅਗਰਵਾਲ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਬਾਦਲ ਦੀ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਬਣੇ ਤੇ ਅੱਜ ਇਹੀ ਸਾਰੀ ਜੁਡੀਸ਼ਰੀ ਇਹ ਕਹਿੰਦੀ ਹੈ ਕਿ ਉਸੇ ਸਮੇਂ ਚੁਟਾਲਾ ਦੀ ਕਿਰਪਾ ਨਾਲ ਰਾਜਵੀਰ ਸਹਿਰਾਵਤ ਜੀ ਜੱਜ ਬਣੇ ਹਾਈਕੋਰਟ ਦੇ ਤੇ ਇਹ ਐਡਵੋਕੇਟ ਅਸ਼ੋਕ ਅਗਰਵਾਲ ਉਹੀ ਨੇ ਜਿਨ੍ਹਾਂ ਦੀ ਕਿਰਪਾ ਸਦਕਾ ਪੰਜਾਬ ਦੇ ਪਾਣੀ ਹਰਿਆਣਾ ਨੂੰ ਗਏ ਬਾਦਲ ਦੇ ਰਾਜ 'ਚ
अज जरा श्री अशोक अग्रवाल श्री राजवीर सहरावत की जोड़ी ने जज के वकील के रूप धार के अपने पुराने मालकों के असाना का मुल मोड़िया वो साड़ी साड़ी सिख कौम के सामने आया तो साड़ी सिख कौम के हिरदे वलुंदर गया। जिहड़ा भी फैसला आया तुहानू डिटेल च दस्या खहरा साहब ने। एक तो यह देखने वाली चीज है कि जिहड़ा यह फैसला सुनाया गया यह ना तो किसी लोअर कोर्ट का फैसला सी कोई जिहदे विरुद्ध कोई अपील की गई हो कोई लोअर कोर्ट के फैसले के विरुद्ध अपील नहीं सी ते ना ही ये रिवीजन पटीशन से एक सिविल रिट पटीशन से धारा 226 के अंतर्गत इस सिविल रिट पटीशन के अंतर्गत एक लोअर कोर्ट के जरा फैसला पिया उन्हें जिहड़ी चलान की आखिरी किश्त आनी सी आने तो पहला ही प्रकाश सिंह बादल के उहदे पुत्र नूं क्लीन चिट दे दित्ती गई। ਇਹ ਜਿਹੜੀ ਸਿਵਲ ਰੈਟੀਫਿਕੇਸ਼ਨ ਦੇ ਅਧੀਨ ਇਹ ਕੀਤਾ ਜੱਜਾਂ ਨੇ ਜੱਜ ਸਾਹਿਬ ਨੇ ਇਹ ਨਿੰਦਣਯੋਗ ਫੈਸਲਾ ਪੱਖਪਾਤੀ ਫੈਸਲਾ ਤੇ ਮੈਨੂੰ ਨਹੀਂ ਲੱਗਦਾ ਪੰਜਾਬ ਹਰਿਆਣਾ ਹਾਈਕੋਰਟ ਦੇ ਇਤਿਹਾਸ ਵਿੱਚ ਇਹੋ ਜਿਹੀ ਗਲਤੀ ਕਿਸੇ ਜੱਜ ਨੇ ਕੀਤੀ ਹੋਵੇ। ਇਹ ਤੁਸੀਂ ਚੰਗੀ ਤਰ੍ਹਾਂ ਸਮਝ ਸਕਦੇ ਹੋ। ਇੱਕ ਜਿਹੜੀ ਹੋਰ ਗਲਤੀ ਕੀਤੀ ਜਿਹੜੀ ਕਲੀਨ ਚਿੱਟ ਦਿੱਤੀ ਜੱਜ ਸਾਹਿਬ ਨੇ ਇਹ ਕਲੀਨ ਚਿੱਟ ਜਿਹੜੀ ਦਿੱਤੀ ਨਾ ਤੇ ਉਹ ਮੰਗਣ ਵਾਲੇ ਸੀ ਤੇ ਨਾ ਹੀ ਉਹਨਾਂ ਨੇ ਉਹ ਹਿੱਸੇਦਾਰ ਸੀ ਕਿਉਂਕਿ ਰਿਪਟੀਸ਼ਨ ਕਰਨ ਵਾਲਾ ਇੱਕ ਸਿਪਾਹੀ ਸੀ ਉਹ ਸਿਪਾਹੀ ਸੀ ਜਿਹੜਾ ਉਹਦੇ ਨਾਲ ਕੋਈ ਜਸਟਿਸ ਕਰਦੇ ਜਾਂ ਕੋਈ ਗੱਲ ਹੁੰਦੀ ਤੇ ਸਾਨੂੰ ਸਮਝ ਆਉਂਦੀ ਪਰ ਜਿਹੜੀ ਇਹਨਾਂ ਨੇ ਰਿਪਟੀਸ਼ਨ ਇਹ ਸਿਵਲ ਰਿਪਟੀਸ਼ਨ ਦੇ ਵਿੱਚ ਕਲੀਨ ਚਿੱਟ ਦਿੱਤੀ ਆ ਉਸ ਕਲੀਨ ਚਿੱਟ ਦੇ ਨਾਲ ਇਹ ਵੀ ਲਿਖ ਦਿੱਤਾ ਕਿ 6 ਮਹੀਨਿਆਂ ਦੇ ਅੰਦਰ ਅੰਦਰ ਇਹ ਇਨਕੁਆਇਰੀ ਨਵੇਂ ਸਿਰੋਂ ਕਰਾਈ ਜਾਵੇ ਤੇ ਉਸ ਤੇ ਸਾਡੀ ਸਰਕਾਰ ਫੈਸਲਾ ਲੈ ਰਹੀ ਹੈ ਕਿ ਰਿਟ ਪਟੀਸ਼ਨ ਦੇ ਅਨੁਸਾਰ ਫੈਸਲੇ ਅਨੁਸਾਰ ਸਿੱਟ ਨਵੀਂ ਬਣੂਗੀ। ਹੁਣ ਸਾਡੀ ਸਰਕਾਰ ਇਹ ਦੱਸੇ ਕਿ ਇਹਨਾਂ ਦੀ ਜਿਹੜੀ ਸਿੱਟ ਹੈ ਉਹ ਕਿੰਨੀ ਸ਼ਕਤੀਸ਼ਾਲੀ ਹੋਊਗੀ ਜਿਹੜੀ ਹਾਈਕੋਰਟ ਦੇ ਫੈਸਲੇ ਨੂੰ ਅਲੋਅ ਕਰਕੇ ਤੇ ਪਿਓ ਪੁੱਤਰ ਦੇ ਖਿਲਾਫ਼ ਇਹ ਇਨਕੁਆਇਰੀ ਕਰੂਗੀ। ਇੱਕ ਹਾਈ ਕੋਰਟ ਦਾ ਫੈਸਲਾ ਜਿਹ 'ਚ ਕਲੀਨ ਚਿੱਟ ਮਿਲੀ ਹੋਵੇ ਬਾਦਲ ਪਰਿਵਾਰ ਨੂੰ ਅਤੇ ਉਸੇ ਫੈਸਲੇ ਦੇ ਅਨੁਸਾਰ ਇੱਕ ਸਿੱਟ ਬਣੇ ਅਤੇ ਉਸ ਸਿੱਟ ਜਿਹੜੀ ਆ ਸਾਨੂੰ ਸਮਝ ਨਹੀਂ ਆਉਂਦੀ ਕਿਵੇਂ ਹਾਈ ਕੋਰਟ ਦੇ ਫੈਸਲੇ ਦੇ ਵਿਰੁੱਧ ਜਾ ਕੇ ਇਹਨਾਂ ਪਿਓ ਪੁੱਤਾਂ ਦੇ ਖਿਲਾਫ਼ ਕੋਈ ਐਕਸ਼ਨ ਲੈ ਸਕਦੀ। ਇਹ ਸਾਨੂੰ ਬੇਵਕੂਫ ਬਣਾਇਆ ਜਾ ਰਿਹਾ। ਅਸੀਂ ਇੱਕ ਤਾਂ ਸਰਕਾਰ ਨੂੰ ਇਹ ਜਾਣਕਾਰੀ ਦੇ ਰਿਹਾ ਕਿ ਤੁਸੀਂ ਆਪਣੇ ਫਰਜ਼ ਨਿਭਾਓ ਤੁਸੀਂ ਬਹੁਤ ਪ੍ਰੋਮਿਸ ਕੀਤੇ ਨੇ ਸਿੱਖਾਂ ਦਾ ਅਤੇ ਵਰਨਾ ਸਿੱਖਾਂ ਦੇ ਕੋਲ ਤਾਂ ਇੱਕੋ ਇੱਕ ਰਸਤਾ ਕਿ ਉਹ ਆਪ ਆਪਣੇ ਪੇਸ਼ੇ ਨੂੰ ਟਾਰਗੇਟ ਬਣਾ ਕੇ ਲੈਣ ਆਪਣੇ ਦੋਸ਼ੀ ਨੂੰ ਟਾਰਗੇਟ ਬਣਾ ਕੇ ਸਿੱਖ ਫੀਲਡ ਦੇ ਵਿੱਚੋਂ ਬਾਹਰ ਕਰਨ ਲਈ ਉਹ ਰਸਤਾ ਅਪਣਾਉਣ ਜਿਹੜਾ ਸਾਨੂੰ ਪਾਉਣਾ ਚਾਹੀਦਾ। ਅਸੀਂ ਇੱਕ ਜਿਹੜਾ ਉਸ ਦਿਨ ਡਿਸੀਜਨ ਲਿਆ ਜਲਦੀ ਦੇ ਵਿੱਚ ਕਹਿ ਲਓ ਜਾਂ ਸਮੇਂ ਦੇ ਹਾਲਾਤ ਨੂੰ ਮੁੱਖ ਰੱਖ ਕੇ ਉਹ ਸਾਡਾ ਫੈਸਲਾ ਇਹ ਸੀ ਕਿ ਅਸੀਂ ਇਹ ਜਿਹੜੀ ਰਿਟ ਪਟੀਸ਼ਨ 'ਤੇ ਇੱਕ ਜੱਜਮੈਂਟ ਬਣੀ ਆ ਇਹ ਕਾਲਾ ਲੇਖ ਕਿਹਾ ਜਾ ਸਕਦਾ ਜੱਜਮੈਂਟ ਨਹੀਂ ਅਤੇ ਕਾਲੇ ਲੇਖ ਨੂੰ ਅਸੀਂ ਇਸ ਕਾਲੀ ਕਰਤੂਤ ਨੂੰ ਅਸੀਂ ਸਾੜ ਕੇ ਸਵਾਹ ਦੇ ਵਿੱਚ ਛਾੜ ਕੇ ਪਾਵਾਂਗੇ ਇਸ ਨੂੰ ਸਵੀਕਾਰ ਨਹੀਂ ਕਰਾਂਗੇ। ਇਸ ਨੂੰ ਸਾੜਨ ਲਈ ਅਸੀਂ 20 ਤਰੀਕ 11 ਵਜੇ ਕੋਟਕਪੂਰੇ ਦੇ ਮੁਕਾਮ 'ਤੇ ਜਿੱਥੇ ਇਹ ਹਾਦਸੇ ਵਾਪਰੇ ਉੱਥੋਂ ਆ ਕੇ ਸ਼ੁਰੂਆਤ ਕਰਾਂਗੇ। ਸਭ ਤੋਂ ਪਹਿਲਾਂ ਕਾਪੀ ਮੈਂ ਫਾੜੂੰਗਾ ਜੇ ਕਿਸੇ ਅਦਾਲਤ ਨੇ ਸਰਕਾਰ ਨੇ ਗ੍ਰਿਫਤਾਰ ਕਰਨਾ ਹੋਵੇ ਤਾਂ ਮੈਨੂੰ ਕਰੇ ਅਤੇ ਨਾਲ ਹੀ ਮੈਂ ਆਲ ਓਵਰ ਵਰਲਡ ਦੇ ਵਿੱਚ ਵਸਦੇ ਸਿੱਖ ਵੀਰਾਂ ਨੂੰ ਆਹ ਜੱਜਮੈਂਟ ਦੀ ਕਾਪੀ ਆ ਇਹ 30 ਤਰੀਕ ਨੂੰ 11 ਵਜੇ ਮੈਂ ਸਾੜੂੰਗਾ ਜੀ ਸਾਰੀ ਸੰਗਤ ਦੇ ਸਾਹਮਣੇ ਕੋਟਕਪੂਰੇ ਦੇ ਚੌਂਕ 'ਚ ਬੱਤੀਆਂ ਵਾਲਾ ਚੌਂਕ ਅਤੇ ਅਸੀਂ ਸਮੂਹ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਅਜ਼ਮਤ ਤੋਂ ਕੁਰਬਾਨ ਹੁੰਦਿਆਂ ਹੋਇਆ ਇਹ ਜਿਹੜੀ ਜੱਜਮੈਂਟ ਦਾ ਫੈਸਲਾ ਇਹਨੂੰ ਭਾਵੇਂ ਤੁਸੀਂ ਇੰਟਰਨੈਟ ਦੇ ਰਾਹੀਂ ਗੂਗਲ ਰਾਹੀਂ ਜਿਸ ਤਰ੍ਹਾਂ ਵੀ ਹਾਸਲ ਕਰਕੇ ਇਹਦੀਆਂ ਕਾਪੀਆਂ ਕਢਵਾ ਕੇ ਜਿੱਥੇ ਬੈਠੇ ਹੋ
ਉੱਥੇ ਉੱਥੇ ਸਾੜ ਕੇ ਆਪਣਾ ਪ੍ਰੋਟੈਸਟ ਕਰੋ ਤੇ ਇਹ ਸਰਕਾਰ ਨੂੰ ਸਰਕਾਰ ਦੇ ਪਿਆਦਿਆਂ ਨੂੰ ਤੇ ਜੱਜਾਂ ਨੂੰ ਦੱਸ ਦਿਓ ਕਿ ਅਸੀਂ ਤੁਹਾਡੇ ਗਲਤ ਫੈਸਲੇ ਪ੍ਰਵਾਨ ਨਹੀਂ ਕਰਾਂਗੇ। ਇਹ ਸਾਡਾ ਜਿਹੜਾ ਫੈਸਲਾ ਹੋਇਆ ਸੀ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਸੁਣਾ ਦਿੱਤਾ। ਅਕਾਲ ਪੁਰਖ ਸੱਚੇ ਵੇਗ ਨੂੰ ਕਿਰਪਾ ਕਰੇ, ਅਸੀਂ ਬੜੀ ਦਿਆਨਤਦਾਰੀ ਦੇ ਨਾਲ ਇੱਕ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਿਆ ਹੋਇਆ ਹੋਣ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਉਹ ਸਰੂਪ ਪਾਵਨ ਸਰੂਪ ਜਿਹੜੇ ਹੱਥ ਲਿਖਤ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਗਿਣਤੀ 502, ਦੋ ਦਸਮ ਗ੍ਰੰਥ ਸਰੂਪ, ਦੋ ਜਨਮ ਸਾਖੀਆਂ, 28 ਹੁਕਮਨਾਮੇ ਹੱਥ ਲਿਖਤ ਅਸਲ ਜਿਹੜੀ ਸਰਕਾਰ ਲੈ ਗਈ ਸੀ ਗੁਰੂ ਸਾਹਿਬ ਦੇ ਸਮੇਂ ਉਹ 90 ਤੱਕ ਵਾਪਸ ਕਰ ਗਈ। ਜਿਹੜੀ ਅੱਜ ਬਾਦਲ ਦੀ ਕਿਰਪਾ ਨਾਲ ਕਿਸੇ ਏਜੰਸੀ ਕੋਲ ਗਿਣੇ ਉਹ ਸਾਨੂੰ ਮਿਲ ਨਹੀਂ ਰਹੇ। ਹਾਈ ਕੋਰਟ ਨੂੰ ਵੀ ਇਹ ਪ੍ਰਬੰਧਕ ਕਮੇਟੀ ਜਵਾਬ ਨਹੀਂ ਦੇ ਰਹੀ। ਅਸੀਂ ਸਿਰਫ ਤੇ ਸਿਰਫ ਅੰਦੋਲਨ ਕਰਕੇ ਚੋਪਿਆ, ਕਰੋਨਾ ਕਰਕੇ ਚੋਪੇ, ਠੰਡੇ ਨਹੀਂ ਪਏ, ਅਸੀਂ ਇਹ ਹਾਸਲ ਕਰਕੇ ਛੱਡਾਂਗੇ ਤੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਅਜ਼ਮਤ ਤੋਂ ਕੁਰਬਾਨ ਹੋਣ ਤੱਕ ਜਾਵਾਂਗੇ ਜਿੰਨੀ ਦੇਰ ਤੱਕ ਸਾਨੂੰ ਜਸਟਿਸ ਨਹੀਂ ਮਿਲੂਗਾ। ਗੋਪਾਲ ਚੋਕਰੇ ਖੇਮਾ ਦੀ ਸਮੂਹ ਸੰਗਤ ਬਹੁਤ ਬਹੁਤ ਧੰਨਵਾਦ। ਕਿਸੇ ਨੇ ਸਵਾਲ ਕਰਨਾ ਹੋਵੇ ਤਾਂ ਕਰ ਸਕਦਾ। ਛੋਟਾ ਫੈਸਲਾ ਹੀ ਬਹੁਤ ਵੱਡਾ ਫੈਸਲਾ, ਜੇ ਅਖਲਾਕ ਹੋਵੇ ਹਾਈ ਕੋਰਟ ਦੇ ਜੱਜ ਕੋਲ ਤੇ ਉਹਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ। ਇੱਕ ਮੇਰੀ ਬੇਨਤੀ ਹੋਰ ਹੈ, ਇਹ ਪ੍ਰਕਾਸ਼ ਸਿੰਘ ਬਾਦਲ ਮਤ ਸਮਝੇ ਕਿ ਅਸੀਂ ਇਸ ਨੂੰ ਦੇਖ ਰਹੇ ਨਹੀਂ ਰਹੇ, ਪੰਥ ਦੀ ਖੁੱਲ੍ਹੀ ਅੱਖ ਇੱਕ ਨੂੰ ਦੇਖ ਰਹੀ ਆ। ਇਸ ਨੇ ਚਰਨਜੀਤ ਚੱਡੇ ਨੂੰ ਕਰੀਮ ਚਿੱਟ ਦਵਾਤੀ ਤੇ ਰਾਹ ਨੂੰ ਦੌੜ ਲਈ ਰਾਹ ਸਾਫ਼ ਕਰ ਲਿਆ। ਇਹ ਸਿੱਖਾਂ ਨੇ ਬਰਦਾਸ਼ਤ ਨਹੀਂ ਕਰਨਾ, ਇਹ ਵਿਭਚਾਰੀ ਜਿਹੜੇ ਕੌਮ ਦੇ ਸਰਪਸ ਨਹੀਂ ਬਣਦੇ ਨੇ। ਅਸੀਂ ਇਹ ਜਿਹੜਾ ਗਿਆਨੀ ਬਿਠਾਇਆ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲ ਤਖ਼ਤ ਤੇ, ਉਹਨੂੰ ਬੰਦੇ ਦਾ ਪੁੱਤ ਬਣ ਕੇ ਤੇ ਆਪਣੇ ਘਰ ਬੈਠ ਜਾਣਾ ਚਾਹੀਦਾ, ਬਾਦਲ ਦੇ ਹੁਕਮ ਨਾ ਪਾਲੇ, ਵਰਨਾ ਇਹਦਾ ਬਹੁਤ ਵੱਡਾ ਖਮਿਆਜਾ ਨੂੰ ਭੁਗਤਣਾ ਪਊਗਾ। ਇਹ ਮਜ਼ਾਕ ਨਹੀਂ, ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹੀ ਅਕਾਲ ਤਖ਼ਤ ਸਾਹਿਬ, ਅਕਾਲ ਤਖ਼ਤ ਸਾਹਿਬ ਤੋਂ ਵਿਭਚਾਰੀ ਸੁੱਚੇ ਲੰਗਾਹ ਵਰਗਿਆਂ ਨੂੰ ਮਾਫ਼ ਕਰਕੇ ਪੰਥ ਦੇ ਵਿੱਚ ਸਾਡੇ ਤੇ ਲਿਆ ਕੇ ਸਰਪ੍ਰਸਤੀ ਬਣਾਉਣ ਨੂੰ ਜਿਹੜੀਆਂ ਤਿਆਰੀਆਂ ਹੋ ਰਹੀਆਂ ਉਹਨਾਂ ਨੂੰ ਅਸੀਂ ਰਾਹ ਨਹੀਂ ਦੇਵਾਂਗੇ, ਉਹਨਾਂ ਨੂੰ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ। ਬਾਦਲ ਨੂੰ ਚਾਹੀਦਾ ਕਿ ਉਹ ਜੋ ਕੁਛ ਵੀ ਕਰ ਚੁੱਕਾ ਉਸ ਤੋਂ ਤੋਬਾ ਕਰੇ ਤੇ ਆਪਣੇ ਪਰਿਵਾਰ ਨੂੰ ਲੈ ਕੇ ਕੋਈ ਹੋਰ ਥਾਂ ਮੱਲੇ, ਪੰਥ ਦਾ ਖਹਿੜਾ ਛੱਡੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਇੱਥੇ ਰਹੋ ਤੁਸੀਂ, ਮੈਂ ਹੁਣ ਬੇਨਤੀ ਕਰੂੰਗਾ ਕਿ ਸਵਾਲ ਤੁਸੀਂ ਜੇ ਅੱਗੇ ਪੁੱਛਣਾ ਤਾਂ ਬਾਅਦ ਪੁੱਛ ਲਿਓ। ਇੱਕ ਵਾਰ ਇਸ ਕਾਲ ਦੇ ਕੁਛ ਸੱਜਣ ਜਿਹੜੇ ਤਾਈ ਕਰਨਗੇ ਬ੍ਰੀਫਲੀ, ਮੈਂ ਪਹਿਲਾਂ ਬੇਨਤੀ ਕਰੂੰਗਾ ਹਰਦੀਪ ਸਿੰਘ ਜੀ, ਗਿਫਟ ਬਾਅਦ ਇਹਨਾਂ ਦਾ ਪੁੱਤਰਾ ਇਹਨਾਂ ਦਿਨਾਂ 'ਚ ਦਿੱਲੀ ਟਰੈਕਟਰ ਪਰੇਡ ਵਿੱਚ ਸ਼ਹੀਦ ਹੋਇਆ ਸੀ ਲੰਬੇ ਸਿੰਘ। ਤੁਸੀਂ ਸਾਰਿਆਂ ਨੇ ਸਿੰਘ ਸਾਹਿਬ ਤੋਂ ਸੁਣ ਲਿਆ, ਖਹਿਰਾ ਸਾਹਿਬ ਨੇ ਸਾਰੀਆਂ ਗੱਲਾਂ ਕਹਿ ਦਿੱਤੀਆਂ। ਇਹ ਸਾਡਾ ਮੀਟਿੰਗ ਵਿੱਚ ਲਿਆ ਸਰਬਸੰਮਤੀ ਨਾਲ ਫੈਸਲਾ ਸੀਗਾ, ਕਿਉਂਕਿ ਜਿਹੜੀ ਜਜਮੈਂਟ ਆਈ ਹੈ ਉਸ ਤੋਂ ਬਾਅਦ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਰਹੀ ਕਿ ਇਹ ਸਾਰੀ ਤੈਅਸ਼ੁਦਾ ਪਲੈਨਿੰਗ ਦੇ ਤਹਿਤ, ਇੱਕ ਸਾਜਿਸ਼ ਦੇ ਤਹਿਤ ਲੈਂਦਾ ਗਿਆ ਫੈਸਲਾ ਸੀਗਾ, ਜਿਸ ਨੂੰ ਸਿੱਖ ਕੌਮ ਕਦੇ ਪ੍ਰਵਾਨ ਨਹੀਂ ਕਰੀ। ਇਸ ਦੀ ਘਟਨਾ ਸਾੜਨ ਦਾ ਜਿਹੜਾ ਅੱਜ ਸਿੰਘ ਸਾਹਿਬ ਨੇ ਐਲਾਨ ਕੀਤਾ ਹੈ, ਅਸੀਂ 30 ਤਰੀਕ ਨੂੰ ਸ਼ੁਰੂ ਕਰਾਂਗੇ, ਅਸੀਂ ਸਾਰੇ ਹੀ ਉਸ ਦੀ ਤਾਇਦ ਕਰਦੇ ਹਾਂ ਅਤੇ ਅਸੀਂ ਸਾਰੀ ਸਿੱਖ ਕੌਮ ਨੂੰ ਅਪੀਲ ਕਰਦੇ ਹਾਂ ਜਿੱਥੇ ਵੀ ਕੋਈ ਨਾਨਕ ਨਾਮ ਦੇ ਨਾਲ ਸਿੱਖ ਬੈਠਾ ਹੈ ਜਾਂ ਕੋਈ ਇਨਸਾਨ ਸ਼ਹਿਰੀ ਹੋਰ ਵੀ ਕਿਸੇ ਕੌਮ ਨਾਲ, ਇਸ ਫੈਸਲੇ ਦੀਆਂ ਕਾਪੀਆਂ ਸਾੜੇ ਔਰ ਜੁਡੀਸ਼ੀ ਜਿਹੜੀ ਕਿ ਗੁਲਾਮ ਬਣ ਚੁੱਕੀ ਹੈ, ਇਸਦੀ ਮਾਨਸਿਕਤਾ ਜਿਹੜੀ ਗੁਲਾਮੀ ਵਾਲੀ ਹੋ ਚੁੱਕੀ ਹੈ, ਜਿਸ ਨੇ ਦੇਸ਼ ਦਾ ਬੇੜਾ ਗਰਕ ਕਰ ਦਿੱਤਾ ਹੈ, ਇਸ 'ਤੇ ਜਿਹੜਾ ਸਵਾਲੀਆਂ ਨਿਸ਼ਾਨ ਲੱਗੇ ਹੋਏ ਹਨ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਲਾਈਵ ਲਾਈਫ ਵਿੱਚ ਆਉਣੀਆਂ ਚਾਹੀਦੀਆਂ। ਦੁਨੀਆਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਹਿੰਦੁਸਤਾਨ ਦੀ ਜੁਡੀਸ਼ਰੀ ਅੱਜ ਕਿਸ ਸਤਰ 'ਤੇ ਜਾ ਕੇ ਡਿੱਗ ਚੁੱਕੀ ਹੈ ਔਰ ਡਿੱਗ ਚੁੱਕੀ ਹੈ। ਮੈਂ ਆਪਣੇ ਵੱਲੋਂ ਇਸ ਜਿਹੜੀ ਅਨਾਊਂਸਮੈਂਟ ਹੋਈ ਹੈ ਸਿੰਘ ਸਾਹਿਬ ਗਿਆਨੀ ਰਣਜੀਤ ਸਾਹਿਬ ਸਿੰਘ ਜੀ ਵੱਲੋਂ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ, ਮੈਂ ਉਸਦੀ ਤਾਇਦ ਕਰਦਾ। ਅਸੀਂ ਸਾਰੇ ਹੀ ਇਸ ਫੈਸਲੇ ਨਾਲ ਪੂਰਨ ਤੌਰ 'ਤੇ ਸਹਿਮਤ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਇਹ ਪੰਥਕ ਇਕੱਠ ਦੇ ਵਿੱਚ ਜੋ ਫੈਸਲਾ ਸਿੰਘ ਸਾਹਿਬ ਨੇ ਸੁਣਾਇਆ ਹੈ, ਸਭ ਤੋਂ ਪਹਿਲਾਂ ਤਾਂ ਮੈਂ ਉਹਦੀ ਤਾਇਦ ਮਜ਼ੀਦ ਕਰਦਾ।
ਤੇ ਨਾਲੇ ਅੱਜ ਸਮੁੱਚੀ ਸਿੱਖ ਕੌਮ ਮਨ ਉਤਰੇ ਗਏ ਨੇ ਇਸ ਫੈਸਲੇ ਤੋਂ ਬਾਅਦ ਤੇ ਕਿਸੇ ਨੇ ਵੀ ਇਸ ਹਾਈ ਕੋਰਟ ਦੇ ਫੈਸਲੇ ਨੂੰ ਪ੍ਰਵਾਨ ਨਹੀਂ ਕੀਤਾ ਜਿਹੜਾ ਜੋ ਇਸ ਫੈਸਲਾ ਹੈ ਇਹਦੀ ਨਾਲ ਪੂਰੇ ਡਟ ਕੇ ਖੜੇ ਹਾਂ ਤੇ ਖੁੱਲ੍ਹੇ ਅਸੀਂ ਸਿੰਘ ਸਾਹਿਬ ਦੇ ਨਾਲ ਜੋ ਫੈਸਲਾ ਇਹਨਾਂ ਨੇ ਲਿਆ ਇਹ ਕਾਪੀਆਂ ਸਾੜਾਂਗੇ ਵੀ ਪਾੜਾਂਗੇ ਵੀ ਤੇ ਜਿਸ ਤਰ੍ਹਾਂ ਦਾ ਵੀ ਵੱਧ ਤੋਂ ਵੱਧ ਵਿਰੋਧ ਹੋ ਸਕਿਆ ਇਹਨਾਂ ਫੈਸਲਿਆਂ ਦਾ ਵਿਰੋਧ ਮੈਂ ਸਮਝਦਾ ਸਾਡੀ ਸਾਰਿਆਂ ਦੀ ਕਰਨ ਦੀ ਕੀਤੀ ਕਰਦੀ ਹੈ ਤਾਂ ਕਿ ਜੋ ਬੜੇ ਲੰਬੇ ਸਮੇਂ ਤੋਂ ਪਿਛਲੇ 7 ਸਾਲਾਂ ਤੋਂ ਲੋਕ ਸੰਗਤ ਜੋ ਨਿਆਂ ਦੀ ਉਮੀਦ ਲਾਈ ਬੈਠੀ ਸੀ ਅੱਜ ਉਹਨਾਂ ਦਾ ਇਹ ਭਰੋਸਾ ਮੈਂ ਸਮਝਦਾ ਜੁਡੀਸ਼ਰੀ ਤੋਂ ਵੀ ਅਤੇ ਸਰਕਾਰ ਤੰਤਰ ਤੋਂ ਵੀ ਜਿਹੜਾ ਉੱਠਿਆ ਸੋ ਇਸ ਲਈ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਕਿ ਆਪਾਂ ਸਾਰੇ ਜੋ ਫੈਸਲਾ ਸਾਡੀਆਂ ਜੋ ਪੰਥਕ ਜਥੇਬੰਦੀਆਂ ਵੱਲੋਂ ਇਕੱਠੇ ਹੋ ਕੇ ਲਿਆ ਗਿਆ ਉਹਦਾ ਪੂਰਾ ਸਮਰਥਨ ਕਰੀਏ ਸੋ ਮੈਂ ਇਹਦੀ ਜਿਹੜੀ ਫੈਸਲੇ ਦੀ ਤਾਇਦ ਮਜੀਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਕਰੂੰਗਾ ਭਾਈ ਹਰਜਿੰਦਰ ਸਿੰਘ ਜੀ ਮਾਝੀ ਜਿਨ੍ਹਾਂ ਨੇ ਕੋਟਕਪੂਰੇ ਦੇ ਚੌਂਕ ਦੇ ਵਿੱਚ ਇੱਕ ਲਾਨਤ ਪੱਤਰ ਪੜ੍ਹਿਆ ਸੀ ਬਹੁਤ ਤਿੱਜੀ ਤੇਜ਼ ਔਰ ਇਹ ਉਸ ਦੇ ਨਾਲ ਹੀ ਸਾਡੀ ਮੀਟਿੰਗ ਦੇ ਵਿੱਚ ਵੀ ਹਾਜ਼ਰ ਸਨ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਆਪਣੇ ਇਹ ਵਿਚਾਰ ਸੰਖੇਪ ਤੌਰ ਦੇ ਉੱਤੇ ਔਰ ਇਸ ਪ੍ਰੋਗਰਾਮ ਦੀ ਜਿਹੜੀ ਸਿੰਘ ਸਾਹਿਬ ਨੇ ਅਨਾਊਂਸ ਕੀਤਾ ਇਹਦੀ ਤਾਇਦ ਕਰਾਂਗੇ। ਸੈਂਟਰ ਜਾ ਜੀ ਥੋੜ੍ਹਾ ਜਿਹਾ ਅੱਗੇ ਲਿਆਓ ਜੀ ਸੈਂਟਰ ਜਾ ਜੀ ਵਿਚਕਾਰ ਆ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੁੱਚੀ ਮਾਨਵਤਾ ਦੇ ਸਰਬ ਸਾਂਝੇ ਰਹਿਬਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਵਿਅਦਗੀਆਂ ਇਨਸਾਫ ਮੰਗਣ ਵਾਲਿਆਂ ਨੂੰ ਇਨਸਾਫ ਦੀ ਥਾਂ ਗੋਲੀਆਂ ਮਾਰਨ ਤੋਂ ਬਾਅਦ ਸਾਡੇ ਕੋਲ ਇੱਕੋ ਇੱਕ ਰਾਹ ਬਚਦਾ ਸੀਗਾ ਜਿਹੜਾ ਲੋਕਤੰਤਰ ਦੇ ਵਿੱਚ ਉਹ ਸੀ ਕਿ ਕੋਰਟ ਤੋਂ ਇਨਸਾਫ ਮਿਲੂਗਾ। ਪਰ ਜਿਹੜਾ ਇਹ ਫੈਸਲਾ ਆਇਆ ਇਹਨੇ ਦੁਨੀਆਂ ਭਰ ਵਿੱਚ ਵਸਦੇ ਹੋਏ ਸਮੂਹ ਇਨਸਾਫ ਪਸੰਦ ਲੋਕਾਂ ਦੇ ਹਿਰਦਿਆਂ ਨੂੰ ਬਲੂੰਦਰ ਕੇ ਰੱਖ ਦਿੱਤਾ ਹੈ। ਔਰ ਇੱਥੋਂ ਜਿਹੜੀ ਇੱਕ ਕਹਾਵਤ ਲੋਕਾਂ ਵਿੱਚ ਪ੍ਰਚਲਿਤ ਹੈ ਉਹ ਇੱਕ ਵਾਰ ਫਿਰ ਸਾਬਤ ਹੋ ਗਈ ਕਿ ਜਿਹੜਾ ਕਾਨੂੰਨ ਹੈ ਉਹ ਮੱਛਰਾਂ ਨੂੰ ਤਾਂ ਜਾਲਾ ਜਿਵੇਂ ਮੱਛਰਾਂ ਨੂੰ ਤਾਂ ਆਪਣੇ ਵਿੱਚ ਫਸਾਉਂਦਾ ਹੈ ਹਾਥੀ ਜਿਹੜੇ ਨੇ ਉਹ ਜਾਲੇ ਦੀ ਕੋਈ ਪ੍ਰਵਾਹ ਨਹੀਂ ਕਰਦੇ। ਇਸੇ ਤਰ੍ਹਾਂ ਕਿਉਂਕਿ ਇਸ ਜਾਂਚ ਦੇ ਵਿੱਚ ਜਿਹੜੇ ਦੋਸ਼ੀ ਨੇ ਉਹ ਸੁਖਵੀਰ ਤੇ ਸੁਮੇਧ ਸੈਣੀ ਵਰਗੇ ਵੱਡੇ ਹਾਥੀ ਨੇ ਜਿਨ੍ਹਾਂ ਸਾਹਮਣੇ ਕਾਨੂੰਨ ਦੇ ਜਿਹੜੇ ਰਖਵਾਲੇ ਨੇ ਉਹ ਬੇਬਸ ਮਹਿਸੂਸ ਕਰਦੇ ਨੇ ਆਪਣੇ ਆਪ ਨੂੰ। ਇਸ ਕਰਕੇ ਇਹੋ ਜਿਹੜੇ ਕਾਲੇ ਫੈਸਲੇ ਆਉਂਦੇ ਆ ਜਿਹੜੇ ਕਿ ਸ਼ਰਮਸ਼ਾਰ ਕਰਦੇ ਆ ਤਾਂ ਮੈਂ ਮੇਰੇ ਨਾਲ ਸੁਖਰਾਜ ਸਿੰਘ ਖੜੇ ਨੇ ਮੈਂ ਅੱਧਾ ਮਿੰਟ ਲੈਣਾ ਚਾਹੂੰਗਾ ਕਿ ਜਿਸ ਵਿਅਕਤੀ ਦੇ ਪਿਤਾ ਦੀ ਸ਼ਹਾਦਤ ਹੋ ਚੁੱਕੀ ਹੋਵੇ ਇਸ ਤੋਂ ਬਾਅਦ ਵੀ ਪੀਸਫੁਲੀ ਰਹਿ ਕੇ ਸ਼ਾਂਤਮਈ ਰਹਿ ਕੇ ਕੋਰਟਾਂ ਕਚਹਿਰੀਆਂ ਦੇ ਲਗਾਤਾਰ ਧੱਕੇ ਖਾਧੇ ਗਏ ਹੋਣ ਆਖਿਰ ਮੈਂ ਭਾਰਤ ਦੇ ਸਮੁੱਚੇ ਸਿਸਟਮ ਨੂੰ ਹਾਈ ਕੋਰਟ ਦੇ ਮਾਨਯੋਗ ਹਾਈ ਕੋਰਟ ਦੇ ਜੱਜ ਸਾਹਿਬਾਨ ਨੂੰ ਇੱਥੋਂ ਦੀ ਕਾਂਗਰਸ ਗੌਰਮੈਂਟ ਨੂੰ ਇਹ ਪੁੱਛਣਾ ਚਾਹੁੰਦਾ ਕਿ ਇਸ ਤਰ੍ਹਾਂ ਲਗਾਤਾਰ ਧੱਕੇ ਦੇ ਧੱਕੇ ਕਰਕੇ ਤੁਸੀਂ ਸਾਡੇ ਨੌਜਵਾਨਾਂ ਨੂੰ ਕਿਸ ਰਾਹ ਤੋਰਨਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਕੀ ਹੋ। ਮੈਨੂੰ ਇਹ ਮਹਿਸੂਸ ਹੋ ਰਿਹਾ ਕਿ ਕੋਈ ਐਸੇ ਪਾਸੇ ਸਾਨੂੰ ਤੋਰਨਾ ਚਾਹੁੰਦੇ ਆ ਦੁਬਾਰਾ ਫਿਰ ਤੋਂ ਸਾਡੇ ਨੌਜਵਾਨਾਂ ਦੇ ਖੂਨ ਹੋਲੀ ਖੋਡਣ ਵਾਲਾ ਮਾਹੌਲ ਬਣਾਉਣਾ ਚਾਹੁੰਦੇ ਆ। ਪਰ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ ਪੀਸਫੁਲੀ ਰਹਿ ਕੇ ਇਹ ਸਾਰਾ ਜਿਹੜਾ ਸੰਘਰਸ਼ ਹੈ ਉਹ ਲਗਾਤਾਰ ਜਾਰੀ ਰੱਖਾਂਗੇ। ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ ਕਿ ਹਰ ਦੀਵਾਨੋਂ ਕੋਈ ਕਿੱਥੇ ਜਾਇਆ ਦੁਨਿਆਵੀ ਅਦਾਲਤਾਂ ਦੇ ਵਿੱਚੋਂ ਤਾਂ ਬਾਦਲ ਬਚ ਗਿਆ ਸੁਮੇਧ ਸੈਣੀ ਬਚ ਗਿਆ ਪਰ ਉਸ ਰੱਬ ਦੀ ਅਦਾਲਤ ਦੇ ਵਿੱਚੋਂ ਇਹ ਮਾਫ਼ ਨਹੀਂ ਹੋਊਗਾ ਤੇ ਰੱਬ ਸੰਗਤ ਵਿੱਚ ਵਸਦਾ ਹੈ ਵਿੱਚ ਸੰਗਤ ਹਰ ਪ੍ਰਭ ਵਸੈ ਜੀ ਉਹ ਸੰਗਤ ਦੀ ਕਚਹਿਰੀ ਦੇ ਵਿੱਚ ਇਹ ਮਾਫ਼ ਨਹੀਂ ਹੋਊਗਾ। ਇਸ ਲਈ ਜੋ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਹੋਰਾਂ ਨੇ ਅੱਜ ਇਹ ਸਾਨੂੰ ਪ੍ਰੋਗਰਾਮ ਦਿੱਤਾ ਇਹ ਸਮੁੱਚੀਆਂ ਜਥੇਬੰਦੀਆਂ ਦਾ ਪ੍ਰੋਗਰਾਮ ਹੈ ਅਸੀਂ ਸਾਰੇ ਇਹਦੇ ਨਾਲ ਸਹਿਮਤ ਹੁੰਦੇ ਹੋਏ ਮੈਂ ਬੇਨਤੀ ਕਰਦਾ ਦੁਨੀਆਂ ਭਰ ਵਿੱਚ ਵਸਦੇ ਹੋਏ ਸਿੱਖਾਂ ਨੂੰ ਇਨਸਾਫ ਪਸੰਦ ਲੋਕਾਂ ਨੂੰ ਕਿ ਜਿੱਥੇ ਬੱਤੀਆਂ ਵਾਲਾ ਚੌਂਕ ਦੇ ਵਿੱਚ ਇਹ ਕਾਪੀਆਂ ਸਾਣੀਆਂ ਜਾਣਗੀਆਂ ਉੱਥੇ ਜਿੱਥੇ ਜਿੱਥੇ ਵੀ ਬੈਠੇ ਹੋ ਭਾਵੇਂ ਫੋਰਨ ਕੰਟਰੀਆਂ 'ਚੋਂ ਪਰ ਇਹ ਕਾਪੀਆਂ ਸਾੜ ਕੇ ਨਾਲ ਇਹਦੀਆਂ ਵੀਡੀਓ ਬਣਾ ਕੇ ਵੱਧ ਤੋਂ ਵੱਧ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤੀਆਂ ਜਾਣ ਤਾਂ ਜੋ ਇੱਥੋਂ ਦੇ ਸਿਸਟਮ ਨੂੰ ਦੱਸਿਆ ਜਾ ਸਕੇ ਕਿ ਭਵੇਂ ਅਸੀਂ ਜਿਹੜੇ ਆ ਜਾਗਦੀ ਜੀ
ਕਸ਼ਮੀਰ ਵਾਲਿਆਂ ਤੇ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਸਭ ਤੋਂ ਉੱਪਰ ਹੈ, ਉਸ ਤੋਂ ਬਿਨਾਂ ਸਾਡੇ ਲਈ ਕੋਈ ਕੁਛ ਨਹੀਂ ਹੈ। ਸੋ ਇਹ ਬਹੁਤ ਦੁਖਦਾਇਕ ਫੈਸਲਾ ਤੇ ਅਸੀਂ ਸਾਰੇ ਸਹਿਮਤ ਹੁੰਦੇ ਹੋਏ ਹੁਣ ਇਹ ਪ੍ਰੋਗਰਾਮ ਬਣਾਉਣੇ ਹੈ। ਆਪੋ ਆਪਣੇ ਜਿਹੜੀ ਮੇਨ ਸਾਡੇ ਆਗੂ ਸਾਹਿਬਾਨ ਨੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਦੀ ਅਗਵਾਈ ਵਿੱਚ ਇਹਤਾ ਬੱਤੀਆਂ ਵਾਲਾ ਚੌਂਕ ਕੋਟਕਪੂਰਾ ਪਹੁੰਚਣਗੇ। ਮੈਂ ਬਾਕੀ ਸਾਰੀ ਸੰਗਤ ਨੂੰ ਮੈਂ ਹੱਥ ਬੰਨ ਕੇ ਬੇਨਤੀ ਕਰਾਂਗਾ ਵੀ ਜਿੱਥੇ ਜਿੱਥੇ ਵੀ ਤੁਹਾਨੂੰ ਠੀਕ ਸਮਝੋ ਵੱਡੇ ਕੱਚ ਨਾ ਕਰਨੇ। ਆਪਾਂ ਜੋ ਸਿਹਤ ਮਹਿਕਮੇ ਦੀਆਂ ਹਦਾਇਤਾਂ ਨੇ ਕੋਵਿਡ ਕਾਰਨ, ਤੇ ਇਸ ਲਈ ਆਪਾਂ ਆਪਣੇ ਆਪਣੇ ਤੌਰ ਤੇ ਜਿਹੜੀਆਂ ਕਾਪੀਆਂ ਜ਼ਰੂਰ ਸਾੜੀਏ ਤੇ ਅਸੀਂ ਸਾਰੇ ਇਹਦੇ ਨਾਲ ਸਹਿਮਤ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਹੁਣ ਮੈਂ ਬੇਨਤੀ ਕਰੂੰ ਭਾਈ ਸਾਹਿਬ ਪੁੱਛਿਆ ਜੀ, ਮੈਂ ਹੁਣ ਬੇਨਤੀ ਕਰੂੰਗਾ ਸੁਖਰਾਜ ਸਿੰਘ, ਭਾਈ ਸੁਖਰਾਜ ਸਿੰਘ, ਇਹਨਾਂ ਦੇ ਪਿਤਾ ਜੀ ਸ਼ਹੀਦ ਹੋਏ ਸੀ ਬੇਬਲ ਕਲਾਂ ਕ੍ਰਿਸ਼ਨ ਭਗਵਾਨ ਸਿੰਘ ਜੀ, ਕਾਫੀ ਸੰਤਾਪ ਖਟਾਇਆ ਵਾ ਇਹ ਚੰਦ ਸ਼ਬਦ ਔਰ ਤਾਈਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਬੇਨਤੀ ਕਰਦਾ ਜੋ ਜਥੇਦਾਰ ਭਾਈ ਰਣਜੀਤ ਸਿੰਘ ਜੀ ਉਹਨਾਂ ਨੇ ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ ਉਹਨਾਂ ਨੇ ਪ੍ਰੋਗਰਾਮ ਦਿੱਤਾ, ਅਸੀਂ ਉਹਨਾਂ ਦਾ ਸਮਰਥਨ ਕਰਦੇ ਹਾਂ। ਤੇ ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਤੁਸੀਂ ਸਹਿਯੋਗ ਕਰੋ, ਜਿੱਥੇ ਵੀ ਜੇ ਤੁਸੀਂ ਕੋਲ ਨਹੀਂ ਪਹੁੰਚ ਸਕਦੇ ਕੋਟਕਪੂਰਾ ਚੌਂਕ ਵਿੱਚ, ਤਾਂ ਆਪਣੇ ਨੇੜੇ ਦੇ ਕਿਤੇ ਵੀ ਚੁਰਾਹੇ 'ਚ ਖੜ੍ਹ ਕੇ ਤੁਸੀਂ ਆਪਣੀਆਂ ਆਪਣੀਆਂ ਜਥੇਬੰਦੀਆਂ ਦੇ ਨਾਲ ਇਸ ਦਾ ਸਮਰਥਨ ਕਰ ਸਕਦੇ ਹੋ। ਦੂਸਰੀ ਸਾਰਿਆਂ ਨੇ ਆਪਾਂ ਨੂੰ ਪਤਾ ਹੀ ਦੱਸ ਹੀ ਦਿੱਤਾ ਕਿ ਇੱਕ ਗੁਰਦੀਪ ਸਿੰਘ ਬੰਧੇਰ SHO ਸੀ ਜਿਹਦੀ ਰਿੱਤ ਸੀ, ਅਤੇ ਰਿਸ਼ਪਾਲ ਸਿੰਘ ਇੱਕ ਹੌਲਦਾਰ ਹੈ। ਉਹਨਾਂ ਦੇ ਜੇ ਐਡਵੋਕੇਟਾਂ ਦੀ ਗੱਲ ਕਰੀਏ ਤਾਂ ਜਿਹੜਾ ਉਹਨਾਂ ਦਾ ਖਰਚਾ ਆਪਾਂ ਲਾਈਏ, ਅੱਜ ਤੱਕ ਉਹਨਾਂ ਦੀ ਉੱਨੀ ਤਨਖਾਹ ਨਹੀਂ ਹੋਈ ਹੋਣੀ ਡਿਊਟੀ ਕਰਦਿਆਂ ਦੀ ਜਿੰਨੀ ਉਹਨਾਂ ਨੂੰ ਇੱਕ ਦਿਨ ਦੀ ਫੀਸ ਗਈ ਹੈ। ਸੋ ਇੱਥੋਂ ਆਪਾਂ ਨੂੰ ਅੰਦਾਜ਼ਾ ਲਾ ਲੈਣਾ ਚਾਹੀਦਾ ਵੀ ਇਹ ਮੋਹਰੇ ਬਣਾ ਕੇ ਵਰਤਿਆ ਗਿਆ ਤਾਂ ਇਹਨਾਂ ਨੂੰ ਵਰਤਣ ਵਾਲੇ ਕੌਣ ਆ? ਅੱਜ ਹੱਸ ਹੋ ਰਹੇ ਹੈ, ਪਟੀਸ਼ਨ ਖਾਰਜ ਹੋਈ ਹੈ ਉਹਨਾਂ ਦੇ ਹੱਕ 'ਚ, ਫੈਸਲੇ ਆਏ ਆ ਰਿਸ਼ਪਾਲ ਸਿੰਘ ਅਤੇ ਗੁਰਦੀਪ ਬੰਧੇਰ ਦੇ, ਅਤੇ ਭੰਗੜੇ ਅਕਾਲੀ ਦਲ ਪਾ ਰਿਹਾ। ਸੋ ਇੱਥੋਂ ਆਪਾਂ ਨੂੰ ਸਾਫ਼ ਸਪੱਸ਼ਟ ਹੋ ਰਿਹਾ ਅਤੇ ਮੈਂ ਇੱਕ ਬੇਨਤੀ ਹੋਰ ਕਰਦਾ, ਮੈਂ ਪਿੱਛੇ ਮਤਲਬ ਹਾਈਕੋਰਟ ਦੇ ਜਿੱਥੇ ਅਸੀਂ ਪ੍ਰੋਟੈਸਟ ਕੀਤਾ ਸੀਗਾ ਹਾਈਕੋਰਟ ਦੇ ਬਾਹਰ, ਉੱਥੇ ਮੈਂ ਆਪਣੇ ਜਥੇਦਾਰ ਹਰਪ੍ਰੀਤ ਸਿੰਘ ਜੀ ਅਕਾਲ ਤਖ਼ਤ ਸਾਹਿਬ ਦੇ ਉਹਨਾਂ ਨੂੰ ਅਨੰਦਪੁਰ ਸਾਹਿਬ ਵਿਖੇ ਮਿਲਿਆ ਸੀ ਅਤੇ ਉਹਨਾਂ ਨੂੰ ਬੇਨਤੀ ਵੀ ਕੀਤੀ ਸੀ ਵੀ ਤੁਸੀਂ ਇਸ ਮਸਲੇ 'ਤੇ ਕੋਈ ਬਿਆਨ ਕੋਈ ਬੋਲੋ, ਐਡਾ ਵੱਡਾ ਪੰਜਾਬ ਦੇ ਉੱਤੇ ਦੁਖਾਂਤ ਦੁਬਾਰਾ ਵਾਪਰਿਆ ਉਸ ਵੋਟਾਂ ਦੇ ਥਰੂ, ਤਾਂ ਉਹਨਾਂ ਨੇ ਚੁੱਪੀ ਧਾਰੀ ਹੋਈ। ਅੱਜ ਵੀ ਅੱਜ ਤਕਰੀਬਨ 12 ਦਿਨ 15 ਦਿਨ ਹੋ ਚੱਲੇ ਆ 10 ਦਿਨ, ਤਾਂ ਉਹਨਾਂ ਨੇ ਉੱਥੇ ਚੁੱਪੀ ਧਾਰੀ ਹੋਈ ਹੈ, ਕੋਈ ਉਹਨਾਂ ਦਾ ਬਿਆਨ ਨਹੀਂ ਆਇਆ। ਸੋ ਇੱਕ ਰਾਜਨੀਤਿਕ ਧਿਰ ਦੀ ਕੱਠਪੁਤਲੀ ਸਾਡੇ ਜਥੇਦਾਰ ਬਣ ਕੇ ਰਹਿ ਗਿਆ ਅਤੇ ਅਸੀਂ ਆਪਣੀਆਂ ਧਾਰਮਿਕ ਸੰਸਥਾਵਾਂ 'ਤੇ ਹੋਰ ਕੀ ਆਸ ਰੱਖਾਂਗੇ? ਸੋ ਅਸੀਂ ਜਥੇਦਾਰ ਰਣਜੀਤ ਸਿੰਘ ਜੀ ਦਾ ਪੂਰਾ ਸਮਰਥਨ ਕਰਦੇ ਹਾਂ ਅਤੇ ਜੋ ਅੱਗੇ ਕੌਮ ਦੇ ਨਾਲ ਇਹ ਸੰਦੇਸ਼ ਦੇਣਗੇ ਅੱਗੇ ਪ੍ਰੋਗਰਾਮ ਇਹਨਾਂ ਦੇ ਵਿੱਚ ਸ਼ਮੂਲੀਅਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਤੁਹਾਨੂੰ ਸਭ ਨੂੰ ਹੁਣ ਸਾਰੀ ਜਿਹੜੀ ਜਾਣਕਾਰੀ ਆ ਉਹ ਭਾਈ ਰਣਜੀਤ ਸਿੰਘ ਜੀ ਸਿੰਘ ਸਾਹਿਬ ਸਾਬਕ ਜਥੇਦਾਰ ਅਕਾਲ ਤਖ਼ਤ ਸਾਹਿਬ ਬਹੁਤ ਅੱਛੇ ਢੰਗ ਨਾਲ ਬਹੁਤ ਸਾਫ਼ ਸਪੱਸ਼ਟ ਤਰੀਕੇ ਨਾਲ ਉਹਨਾਂ ਨੇ ਤੁਹਾਨੂੰ ਜਾਣਕਾਰੀ ਦਿੱਤੀ ਆ 30 ਤਾਰੀਖ ਦੇ ਪ੍ਰੋਗਰਾਮ ਦੀ। ਮੈਂ ਸੰਖੇਪ ਤੌਰ 'ਤੇ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਫੈਸਲਾ ਆ ਇਹ ਜਿਹੜਾ ਕੁਦਰਤੀ ਇਨਸਾਫ਼ ਹੈ ਨਾ, ਨੈਚੁਰਲ ਜਸਟਿਸ, ਇਹ ਉਹਦੇ ਬਿਲਕੁਲ ਉਲਟ ਆਇਆ। ਔਰ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਗਿਆ ਕਿ ਕੋਰਟ ਨੇ ਉਹ ਰਿਲੀਫਸ ਦਿੱਤੀਆਂ ਜਿਹੜੀਆਂ ਕਿਸੇ ਨੇ ਪਲੀਟ ਹੀ ਨਹੀਂ ਕੀਤੀਆਂ, ਜਿਹੜੀ ਕਿਸੇ ਨੇ ਪ੍ਰੇਅਰ ਹੀ ਨਹੀਂ ਕੀਤੀ। ਮਿਸਾਲ ਦੇ ਤੌਰ 'ਤੇ ਬਾਦਲ ਪਰਿਵਾਰ ਨੂੰ ਕਲੀਨ ਚਿੱਟ ਦਿੱਤੀ, ਉਹਨਾਂ ਨੇ ਤਾਂ ਕੋਈ ਅਰਜ਼ੀ ਨਹੀਂ ਦਿੱਤੀ, ਉਹਨਾਂ ਨੇ ਤਾਂ ਕਿਹਾ ਕਿ ਅਸੀਂ ਦੋਸ਼ੀ ਹਾਂ, ਨਿਰਦੋਸ਼ ਹਾਂ ਜਾਂ ਅਸੀਂ ਬੇਗੁਨਾਹ ਹਾਂ। ਉਹਨਾਂ ਨੂੰ ਸੁਬਹ ਮੋਟੋ ਕਲੀਨ ਚਿੱਟ ਦੇਣ ਦੇ ਨਾਲ ਨਾਲ ਹੀ ਉਹ ਸ਼ੁਬਾ ਹੋ ਗਿਆ। ਅਗਰ ਉਹ ਅਫਸਰ 'ਤੇ ਸ਼ੁਬਾ ਕਰ ਰਹੇ ਨੇ ਕੋਰਟ ਕਿ ਇਹ ਪੋਲੀਟੀਕਲੀ ਮੋਟੀਵੇਟਡ ਹੈ, ਤਾਂ ਇਹ ਸ਼ੁਬਾ ਉਹਨਾਂ ਦੇ ਉੱਤੇ ਵੀ ਪੂਰਾ ਪੂਰਾ ਟੁੱਟਦਾ ਇਸ ਫੈਸਲੇ ਨੂੰ ਜਦੋਂ ਤੁਸੀਂ ਅੱਛੀ ਤਰ੍ਹਾਂ ਪੜ੍ਹਦੇ ਹੋ। ਦੂਸਰਾ ਹੈਗਾ ਕਿ ਆਰਟੀਕਲ ਚਲਾਨ ਪੇਸ਼ ਹੋ ਚੁੱਕੇ ਸੀਗੇ, ਵੰਸ ਚਲਾਨਸ ਆਰ ਪ੍ਰੈਜ਼ੈਂਟਡ ਇਟ ਇਜ਼ ਦੀ ਡਿਊਟੀ ਆਫ ਦ ਟ੍ਰਾਇਲ ਕੋਰਟ ਟੂ ਐਗਜ਼ਾਮਿਨ ਈਚ ਐਂਡ ਐਵਰੀ ਵਿਟਨੈਸ। ਕਿਸੇ ਅਕਿਊਜ਼ ਨੂੰ ਅਗਰ ਫਰਜ਼ ਕਰੋ ਕੋਈ ਗੁਨਾਹ, ਅਗਰ ਉਹਨੂੰ ਕੋਈ ਦੁੱਖ ਹੈ ਕਿ ਮੇਰੇ ਨਾਲ ਬੇਇਨਸਾਫੀ ਹੋ ਰਹੀ ਹੈ, ਧੱਕਾ ਹੋ ਰਿਹਾ, ਉਹ ਟ੍ਰਾਇਲ ਕੋਰਟ ਤੋਂ ਜਾ ਸਕਦਾ ਸੀਗਾ। ਲੇਕਿਨ ਇਸ ਕੇਸ ਵਿੱਚ ਜਾਂਦਾ ਸੁਖਰਾਜ ਸਿੰਘ ਉਹਨਾਂ ਨੇ ਦੱਸਿਆ ਕਿ ਛੋਟੇ ਜਿਹੇ ਮੁਲਾਜ਼ਮ ਕਰੋੜਾਂ ਰੁਪਏ ਦੇ ਵਕੀਲ ਖੜ੍ਹੇ ਕਰਕੇ ਜਦੋਂ ਕੋਰਟ ਵਿੱਚ ਪਹੁੰਚਦੇ ਨੇ ਤਾਂ ਤੁਹਾਨੂੰ ਉਹ ਪਿਛਲੀ ਤਸਵੀਰ ਜਿਹੜੀ ਆ ਤਾਕਤਵਰ ਲੋਕਾਂ ਦੀ ਉਹ ਸਾਫ਼ ਅਤੇ ਸਪੱਸ਼ਟ ਜਿਹੜੀ। ਇੱਕ ਹੋਰ ਬਹੁਤ ਇੰਪੋਰਟੈਂਟ ਗੱਲ ਆ ਕਿ ਹਾਈਕੋਰਟ ਨੂੰ ਕਿਤੇ ਜਾਂ ਕਿਸੇ ਵੀ ਕੋਰਟ ਨੂੰ ਇਹ ਅਧਿਕਾਰ ਨੀਗਾ ਕਿ ਉਹ ਫਰੈਸ਼ ਇਨਵੈਸਟੀਗੇਸ਼ਨ ਆਰਡਰ ਕਰ ਸਕੇ। ਦੇ ਕੈਨ ਆਰਡਰ ਰੀ ਇਨਵੈਸਟੀਗੇਸ਼ਨ, ਦੇ ਕੈਨ ਆਰਡਰ ਫਰਦਰ ਇਨਵੈਸਟੀਗੇਸ਼ਨ। ਤੁਸੀਂ ਐਂ ਕਰੋ, ਅਸੀਂ ਅਮੂਮਨ ਹਾਈਕੋਰਟਾਂ ਵਿੱਚ ਜਾਂਦਾ, ਮੇਰੇ ਖਿਲਾਫ਼ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਰੇਡ ਕੀਤਾ ਵਾ, ਮੈਂ ਹਾਈਕੋਰਟ ਗਿਆ ਹੋਇਆ, ਪਰ ਕੋਈ ਕੋਰਟ, ਕੋਈ ਹਾਈਕੋਰਟ, ਕੋਈ ਸੁਪਰੀਮ ਕੋਰਟ ਇਨਵੈਸਟੀਗੇਸ਼ਨ ਨਹੀਂ ਕਦੀ ਰੋਕਦੀ। ਉਹ ਕਹਿੰਦੇ ਜੀ ਐਂ ਕਰੋ, ਤੁਸੀਂ ਸਾਰੇ ਇਨਵੈਸਟੀਗੇਸ਼ਨ ਕੰਟੀਨਿਊ ਕਰੋਗੇ ਅਤੇ ਜਿਹੜਾ ਹੈਗਾ ਟ੍ਰਾਇਲ ਕੋਰਟ ਅਤੇ ਜਿਹੜਾ ਪੁਲਿਸ ਦੀ ਫਾਈਨਲ ਇਨਵੈਸਟੀਗੇਸ਼ਨ ਹੈ ਉਹ ਕੰਪਲੀਟ ਹੋ ਲੈਂਦੇ। ਲੇਕਿਨ ਇਸ ਕੇਸ ਵਿੱਚ ਨਾ ਸਿਰਫ ਇਨਵੈਸਟੀਗੇਸ਼ਨ ਕੰਪਲੀਟ ਹੋਈ ਸੀ, ਲੇਕਿਨ 9 ਚਲਾਨ ਪੇਸ਼ ਕੀਤੇ ਗਏ ਸੀ। ਇਸ ਲਈ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਬਹੁਤ ਦੁਖਦਾਈ
ਇਹ ਇਨਸਾਨੀਅਤ ਨੂੰ ਵਿਲੁੰਦਰਨ ਵਾਲਾ ਫੈਸਲਾ ਵਾ, ਨਾ ਸਿਰਫ ਸਿੱਖਾਂ ਨੂੰ, ਦੁਨੀਆਂ ਭਰ 'ਚ ਬੈਠੇ ਜਿਹੜੇ ਇਨਸਾਫ਼ ਦੀ ਗੁਹਾਰ ਲਾਉਂਦੇ ਨੇ, ਇਨਸਾਫ਼ ਪਸੰਦ ਹਰ ਵਿਅਕਤੀ ਅਤੇ ਗੁਰੂ ਨਾਨਕ ਨਾਮ ਲੇਵਾ, ਇਹਦੇ ਨਾਲ ਬਹੁਤ ਉਹਨਾਂ ਦੇ ਦਿਲਾਂ ਵਿੱਚ ਬਹੁਤ ਦੁੱਖ ਅਤੇ ਰੰਜ ਪੈਦਾ ਹੋਇਆ ਵਾ। ਇਸ ਕਰਕੇ ਸਾਨੂੰ ਨਹੀਂ ਪਤਾ ਕਿ ਇਹਦਾ ਕਾਨੂੰਨ ਕੀ ਕਰੇਗਾ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕਿਹੜੀ ਸਿੱਖ ਬਣਾਵੇਗਾ, ਵੀ ਆਰ ਨਥਿੰਗ ਟੂ ਡੂ ਵਿਦ ਦੈਟ। ਲੇਕਿਨ ਅਗਰ ਅੱਜ ਲੋਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਔਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ 'ਚ ਰੋਸ ਕਰਨ ਵਾਲੇ ਸ਼ਾਂਤਮਈ ਲੋਕਾਂ ਦੇ ਉੱਤੇ ਗੋਲੀਆਂ ਮਾਰ ਕੇ ਉਹਨਾਂ ਨੂੰ ਕਤਲ ਕੀਤਾ ਗਿਆ ਪੁਲਿਸ ਅਫਸਰਾਂ ਵੱਲੋਂ, ਅਗਰ ਅੱਜ ਅਸੀਂ ਚੁੱਪ ਰਹਾਂਗੇ ਤੇ ਆਉਣ ਵਾਲੀਆਂ ਨਸਲਾਂ ਸਾਨੂੰ ਕਦੀ ਕਿਸੇ ਨੂੰ ਮਾਫ਼ ਨਹੀਂ ਕਰਨਗੀਆਂ। ਇਸ ਲਈ ਸਾਡਾ ਇਹ ਫਰਜ਼ ਬਣਦਾ ਸੀਗਾ ਕਿ ਅਸੀਂ ਇਸ ਦੇ ਖਿਲਾਫ਼ ਕੋਈ ਪ੍ਰੋਟੈਸਟ ਕਰੋਨਾ ਹੋਣ ਕਰਕੇ, ਜਿਸ ਤਰ੍ਹਾਂ ਸਿੰਘ ਸਾਹਿਬ ਨੇ ਦੱਸਿਆ, ਔਰ ਕਿਸਾਨਾਂ ਦਾ ਅੰਦੋਲਨ ਚੱਲਣ ਦੇ ਕਰਕੇ ਅਸੀਂ ਕੋਈ ਮਾਸ ਐਜੂਟੇਸ਼ਨ ਨਹੀਂ ਕਹਿ ਰਹੇ, ਕਿਉਂਕਿ ਇਹ ਨਾ ਲੱਗੇ ਕਿ ਅਸੀਂ ਕੋਈ ਉਹਨਾਂ ਦੀ ਐਜੂਟੇਸ਼ਨ ਨੂੰ ਕਿਸੇ ਤਰ੍ਹਾਂ ਨਾਲ ਕਮਜ਼ੋਰ ਕਰ ਰਹੇ ਹਾਂ। ਇਸ ਕਰਕੇ ਇੱਕ ਪਹਿਲਾ ਕਦਮ, ਇਹ ਫਸਟ ਪਾਰਟ ਹੈ ਆਫ ਦੀ ਐਜੂਟੇਸ਼ਨ, ਇਹ ਸਿੰਬੋਲਿਕ ਪ੍ਰੋਟੈਸਟ ਹੈ ਜਸਟ ਟੂ ਸ਼ੋਅ ਦੈਟ ਵੀ ਆਰ ਡੀਪਲੀ ਐਂਗੁਇਸ਼ਡ, ਵੀ ਆਰ ਐਬਸੋਲੂਟਲੀ ਵਾਟ ਸ਼ੁੱਡ ਬੀ ਸੇ ਵੈਰੀ ਵੈਰੀ ਡੀਪਲੀ ਅਪਸੈਟ ਬਾਈ ਦਿਸ ਇਰੋਨਸ ਜਜਮੈਂਟ। ਔਰ ਅਸੀਂ ਚਾਹੁੰਦੇ ਹਾਂ ਕਿ ਦੋਸ਼ੀ, ਅਗਰ ਮੈਨੂੰ ਮੈਂ ਪੁੱਛਣਾ ਚਾਹੁੰਦਾ ਕਿ ਅਗਰ ਇਹ ਦੋਸ਼ੀ ਨਹੀਂ ਗਏ, ਅੱਜ ਇਹਨਾਂ ਦੇ ਵੀ ਨਾਮ ਲੈ ਰਹੇ ਨੇ ਕੋਈ ਪੁਲਿਸ ਵਾਲੇ, SSP, DGP ਫਲਾਨਾ, ਪੋਲੀਟੀਕਲ ਸੂਬੀ ਬਾਦਲ ਫਲਾਨਾ, ਇਹ ਦੋਸ਼ੀ ਕੌਣ ਹੈ? 6 ਸਾਲਾਂ ਬਾਅਦ ਕੋਰਟ ਨੇ ਜਿਹੜਾ ਅਨਿਆਏ ਕੀਤਾ ਜਾਂਦਾ ਉਹ ਸਾਨੂੰ ਦੱਸਦਾ ਕਿ ਆਹ ਦੋਸ਼ੀ ਨਹੀਂ ਗਏ, ਅਸਲ ਦੋਸ਼ੀ ਆ। ਜੇ ਤੁਸੀਂ ਟ੍ਰਾਇਲ ਕੋਰਟ ਦਾ ਰੋਲ ਅਧਿਕਾਰ ਅਖਤਿਆਰ ਕਰਨਾ ਸੀ, ਫਿਰ ਸਾਨੂੰ ਦੱਸੋ ਕਿ ਦੋਸ਼ੀ ਕੌਣ ਸੀਗੇ। ਇਸ ਲਈ ਇਹ ਗੱਲ ਬਹੁਤ ਮਾੜੀ ਹੋਈ ਆ। ਔਰ ਜਿਹੜਾ ਸਿੰਘ ਸਾਹਿਬ ਨੇ ਇਹ ਫੈਸਲਾ ਸੁਣਾਇਆ, ਇਹ ਵੀ ਅਸੀਂ ਡਟ ਕੇ ਤਾਰੀਫ ਕਰਦੇ ਹਾਂ। ਔਰ ਮੈਂ ਦੁਨੀਆਂ ਭਰ 'ਚ ਬੈਠੇ ਸਮੂਹ ਇਨਸਾਫ਼ ਪਸੰਦ ਲੋਕਾਂ ਨੂੰ ਕਹਿ ਰਿਹਾ, ਇਨਸਾਫ਼ ਪਸੰਦ ਚਾਹੇ ਉਹ ਕੋਈ ਵਰਗ ਦੇ ਲੋਕ ਨੇ, ਕਿ ਜਿੱਥੇ ਤੁਸੀਂ ਬੈਠੇ ਦੇਖ ਸਕਦੇ ਹੋ ਤੁਸੀਂ ਇਸ ਜਿਹੜਾ ਕੋਰਟ ਪੂਰੇ ਇਹਨਾਂ ਨੇ ਖੁਦ ਹਾਈ ਕੋਰਟ ਦੀ ਜਜਮੈਂਟ ਨੂੰ ਜਿਹੜਾ ਉਸਨੂੰ ਉਹਨਾਂ ਨੇ ਇਸਨੂੰ ਸਾੜ ਕੇ ਪ੍ਰੋਟੈਸਟ ਕਰਨਾ, ਤੁਸੀਂ ਆਪਣੇ ਆਪਣੇ ਪਿੰਡ, ਆਪਣੇ ਆਪਣੇ ਘਰ, ਆਪਣੇ ਆਪਣੇ ਚੁਬਾਰੇ, ਆਪਣੇ ਆਪਣੇ ਵਿਦੇਸ਼ਾਂ 'ਚ ਘਰਾਂ ਦੇ ਵਿੱਚ ਬੈਠ ਕੇ ਇੱਕ ਸ਼ਾਰਟ ਕਲਿੱਪ ਵੀਡੀਓ ਦਾ ਸੋਸ਼ਲ ਮੀਡੀਆ ਤੋਂ ਉੱਤੇ ਅਪਲੋਡ ਕਰੋ, ਔਰ ਇਸ ਜਜਮੈਂਟ ਨੂੰ ਤੁਸੀਂ ਈਜ਼ੀਲੀ ਗੂਗਲ ਤੋਂ ਡਾਊਨਲੋਡ ਕਰ ਸਕਦੇ। ਬਹੁਤ ਸਾਰੇ ਵਟਸਐਪ ਦੇ ਗਰੁੱਪਾਂ ਵਿੱਚ ਹੁਣੇ ਵਾਇਰਲ ਹੋ ਜਾਣੀ ਹੈ ਇਹ ਜਜਮੈਂਟ। ਤੁਸੀਂ ਇਸ ਨੂੰ ਸਾੜ ਕੇ ਸਿੰਬੋਲਿਕ ਤੌਰ ਦੇ ਉੱਤੇ ਪ੍ਰੋਟੈਸਟ ਕਰੋ, ਤਾਂ ਜੋ ਇਸ ਦੇਸ਼ ਦੀ ਰਾਜ ਕਰਨ ਵਾਲੇ ਸੱਤਾ ਧਿਰਾਂ ਨੂੰ, ਚਾਹੇ ਉਹ ਕੇਂਦਰ ਆ, ਚਾਹੇ ਉਹ ਪੰਜਾਬ ਆ, ਤੇ ਚਾਹੇ ਇਸ ਦੇਸ਼ ਦੇ ਚੀਫ ਜਸਟਿਸ ਨੇ, ਉਹਨਾਂ ਤੱਕ ਸੁਣਿਆ ਜਾਵੇ ਕਿ ਇਸ ਤਰ੍ਹਾਂ ਲੋਕਾਂ ਦੇ ਜਜ਼ਬਾਤਾਂ ਦੇ ਨਾਲ ਖਿਲਵਾੜ ਨਹੀਂ ਕੀਤਾ ਜਾ ਸਕਦਾ। ਲਾਸਟ ਮੈਂ ਕਹਿਣਾ ਚਾਹੁੰਦਾ ਕਿ ਸਾਰੀ ਜਥੇਬੰਦੀਆਂ ਜਿਹੜੀਆਂ, ਅੱਜ ਦੇਖੋ ਇਕਦਮ ਇੰਨੇ ਸ਼ਾਰਟ ਨੋਟਿਸ ਦੇ ਸਭ ਨੂੰ ਬੁਲਾਇਆ ਨਹੀਂ ਜਾ ਸਕਦਾ, ਸਾਰੀਆਂ ਹੀ ਅੰਦਰੋਂ ਸਤਾਈਆਂ ਹੋਈਆਂ ਨੇ, ਦੁਖੀ ਨੇ। ਸਾਡੀ ਸਾਰਿਆਂ ਦੀ ਇਹ ਕੌਲ ਹੈ ਸਾਰੀਆਂ ਜਥੇਬੰਦੀਆਂ ਨੂੰ ਕਿ ਤੁਸੀਂ ਸਾਡੇ ਇਸ ਪ੍ਰੋਗਰਾਮ ਜਿਹੜਾ ਐਲਾਨਿਆ ਗਿਆ ਸ਼ਾਰਟ ਨੋਟਿਸ 'ਤੇ, ਇਹਦਾ ਤੁਸੀਂ ਸਾਰੇ ਸਪੋਰਟ ਕਰੋ। ਜਿਹੜਾ ਤੁਸੀਂ ਇਸ ਤੋਂ ਬਾਅਦ ਤੋਂ ਇਕੱਠੇ ਹੋ ਕੇ ਹੋਰ ਪ੍ਰੋਗਰਾਮ ਲਾਉਣਗੇ, ਅਸੀਂ ਸਾਰੇ ਮਿਲ ਕੇ ਤੁਹਾਡਾ ਸਭ ਦਾ ਇਹਨਾਂ ਦਾ ਸਮਰਥਨ ਕਰਾਂਗੇ। ਆਪਾਂ ਸਾਰੇ ਇਸ ਮਸਲੇ ਦੇ ਉੱਤੇ ਇੱਕਜੁੱਟ ਰਹਿ ਕੇ ਇਸ ਸੂਬੇ ਦਾ ਅਖੀਰ 'ਚ ਇਸ ਦੀ ਸਾਰੀ ਅਗਵਾਈ ਧਾਰਮਿਕ ਲੀਡਰਸ਼ਿਪ ਕਰੇਗੀ। ਅਸੀਂ ਸਿਰਫ, ਕਿਉਂਕਿ ਮੈਂ ਦੇਖ ਰਿਹਾ ਸੀਗਾ ਕਿ ਉੱਠਿਆ ਨਹੀਂ, ਕੋਈ ਬੋਲਿਆ ਨਹੀਂਗਾ, ਸਾਡਾ ਸਿਰਫ ਕੰਮ ਕਰਨ ਮਕਸਦ ਸੀਗਾ ਟੂ ਆਰਗਨਾਈਜ਼, ਐਂਡ ਚਾਹੇ ਉਹ ਪਰਮਿੰਦਰ ਸਿੰਘ ਢੀਂਡਸਾ, ਚਾਹੇ ਅਸੀਂ ਹਾਂ, ਅਤੇ ਚਾਹੇ ਰਣਜੀਤ ਸਿੰਘ ਤਲਵੰਡੀ ਜਾਂ ਹੋਰ ਪੋਲੀਟੀਕਲ, ਅੱਜ ਕੁਛ ਆਮ ਆਦਮੀ ਪਾਰਟੀ ਦੇ ਆਗੂ ਵੀ ਆਏ ਹੋਏ ਨੇ, ਮੈਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦਾ। ਹੋਰ ਬੱਬੀ ਬਾਦਲ ਜੀ ਆਏ ਨੇ, ਬੈਂਸ ਬ੍ਰਦਰਸ ਦੇ ਆਦਮੀ ਆਏ ਹੋਏ ਨੇ, ਉਹਨਾਂ ਦੇ ਰਿਪ੍ਰੈਜੈਂਟੇਟਿਵ, ਬਹੁਤ ਸਾਰੀਆਂ ਜਥੇਬੰਦੀਆਂ, MLA ਕਮਾਲੂ ਸਾਹਿਬ, ਦਿਗਦੇਵ ਸਿੰਘ ਜੀ, ਪਿਰਮਲ ਸਿੰਘ MLA ਪਦੌੜ, ਔਰ ਹੋਰ ਬਹੁਤ ਸਾਰੇ ਲੋਕ ਆਏ ਨੇ। ਮੈਂ ਸਭ ਦਾ ਨਾਮ ਲੈਣ ਲੱਗਿਆ ਤਾਂ ਬਹੁਤ ਅੱਗੇ ਚਲ ਜਾਣੀ ਗੱਲ। ਸਭ ਨੂੰ ਕੌਲ ਆ ਕਿ ਪਰਸੋਂ ਵਾਲੇ ਪ੍ਰੋਗਰਾਮ, ਸੋਰੀ 30 ਤਾਰੀਖ ਦਿਨ ਸ਼ੁੱਕਰਵਾਰ ਠੀਕ 11 ਵਜੇ, ਜਿਹੜੇ ਤਾਂ ਕੋਰਟ ਪੂਰੇ ਆ ਸਕਦੇ ਮਾਲਵੇ ਦੇ, ਉਹ ਹੁਮਾ ਕੇ ਕੋਰਟ ਪੂਰਾ ਸਾਹਿਬ ਦੇ ਚੌਂਕ ਵਿੱਚ ਪਹੁੰਚੋ, ਅਤੇ ਜਿਹੜੇ ਉੱਥੇ ਨਹੀਂ ਆ ਸਕਦੇ ਉਹ ਆਪਣੇ ਆਪਣੇ ਘਰਾਂ ਦੇ ਵਿੱਚ, ਆਪਣੇ ਆਪਣੇ ਪਿੰਡਾਂ 'ਚ, ਆਪਣੇ ਆਪਣੇ ਕਸਬਿਆਂ 'ਚ, ਆਪਣੇ ਆਪਣੇ ਵਿਦੇਸ਼ਾਂ 'ਚ ਬੈਠੇ ਇਸ ਨੂੰ ਜ਼ਰੂਰ ਸਾੜਨ, ਤਾਂ ਜੋ ਲੋਕਾਂ ਦੇ ਵਿੱਚ ਇੱਕ ਬਹੁਤ ਠੋਸ ਪ੍ਰਭਾਵ ਜਿਹੜਾ ਪਹੁੰਚਾ ਸਕੇ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਇੱਕ ਵਾਰ ਜਗਾਰਾ ਛੱਡੋ ਜੀ, ਦਾ ਤਕੜੇ ਹੋ ਕੇ ਸਾਨੂੰ ਕੁਛ ਨਾ ਮਿਲਿਆ ਤਾਂ ਨਾ ਮਿਲਣਾ। ਸਾਡੀ ਕੋਰਟ ਅਕਾਲ ਪੁਰਖ ਸੱਚੇ ਵੇਗ ਨੂੰ ਦਾ ਦਾਰ ਆ ਅਤੇ ਸਿੱਖਾਂ ਦੇ ਹਿਰਦੇ ਆ, ਸਿੱਖਾਂ ਦੇ ਹਿਰਦਿਆਂ ਤੱਕ ਅਸੀਂ ਗੱਲ ਪਹੁੰਚਾਵਾਂਗੇ ਆਪਣੀ ਐਪਲੀਕੇਸ਼ਨ ਦੇ ਕੇ, ਅਤੇ ਇਹ ਜਿਹੜਾ ਸਿੱਖ ਫੈਸਲਾ ਕਰਨਗੇ ਉਹਦੇ ਨਾਲ ਧੂੜ ਉੱਡੂ ਕੇ, ਜਿਹੜੇ ਧੂੜ ਦੇ ਵਿੱਚ ਲੱਭਣਗੇ ਵੀ ਸਾਡੇ ਦੁਸ਼ਮਣ। ਹਾਂਜੀ, ਦੇਖੋ ਪੰਜਾਬ ਸਰਕਾਰ ਨੇ ਤਾਂ ਇਹ ਕਰਨਾ ਹੈ, ਆਪਣਾ ਐਕਸ਼ਨ ਕਰਨਾ ਹੈ।
ਪੰਜਾਬ ਸਰਕਾਰ ਤੇ ਹੁਣ ਐਕਸ਼ਨ ਕਰੂਗੀ ਇਸ ਪਟੀਸ਼ਨ ਤੇ ਕੀ ਕਰਦੀ ਉਹ ਤੋਂ ਬਾਅਦ ਦੱਸਾਂਗੇ ਨਹੀਂ ਜੀ ਜਿਹੜਾ ਤੁਹਾਡਾ ਪ੍ਰਦਰਸ਼ਨ ਕਰਨ ਜਾ ਰਹੇ ਹੋ ਹਾਈ ਕੋਰਟ ਦੇ ਫੈਸਲੇ ਦੇ ਖਿਲਾਫ ਕਰਨ ਜਾ ਰਹੇ ਹੋ ਨਾ ਨਾ ਹਾਂ ਹਾਈ ਕੋਰਟ ਦੇ ਜਾਂ ਜੁਡੀਸ਼ੀਅਲੀ ਸਿਸਟਮ ਦੇ ਖਿਲਾਫ ਹਾਈ ਕੋਰਟ ਦੇ ਜਸਟਿਸ ਦੇ ਖਿਲਾਫ ਰਾਜਵੀਰ ਸਿੰਘ ਸਹਿਵਾਲ ਦੇ ਖਿਲਾਫ ਔਰ ਇਹ ਜਿਹੜਾ ਇੱਕ ਫੈਸਲੇ ਦੇ ਖਿਲਾਫ ਹੀ ਪ੍ਰਦਰਸ਼ਨ ਹੋ ਰਹੇ ਹੋਣ ਜਾ ਰਿਹਾ ਜਾਂ ਪੰਜਾਬ ਸਰਕਾਰ ਦੇ ਫੈਸਲਾ ਇਹ ਇੱਕ ਫੈਸਲਾ ਇਸੇ ਫੈਸਲੇ ਦੇ ਸਾਡੇ ਜਾਨ ਨਿਕਲ ਗਈ ਆ ਤਾਂ ਕਹਿੰਦੇ ਇੱਕ ਫੈਸਲਾ ਨਹੀਂ ਇਸੇ ਫੈਸਲੇ ਦੇ ਖਿਲਾਫ ਇਸੇ ਫੈਸਲੇ ਦੇ ਖਿਲਾਫ ਪੰਜਾਬ ਸਰਕਾਰ ਦਾ ਤੁਹਾਨੂੰ ਕੋਈ ਕਸੂਰ ਨਹੀਂ ਲੱਗ ਰਿਹਾ ਇਸ ਵਿੱਚ ਇੱਕ ਇੱਕ ਜਸਟਿਸ ਦੀ ਜਿਹੜੀ ਕਰਮ ਚੱਲੀ ਆ ਜਿਹੜੀ ਹਾਈ ਕੋਰਟ ਦੇ ਮੋਹਰੇ ਆ ਪਹਿਲੀ ਉਹਦੀ ਆ ਨਾ ਕਿ ਤੁਹਾਡੀ ਜਾਂ ਸਾਡੀ ਪਰ ਕੇਸ ਲੜਨ ਵਾਲੇ ਵਕੀਲ ਤਾਂ ਪੰਜਾਬ ਸਰਕਾਰ ਦੀ ਆ ਨਾ ਜਿਨ੍ਹਾਂ ਨੇ ਇਸ ਚੀਜ਼ ਨੂੰ ਹੱਥ ਹੋ ਗਈ ਯਾਰ ਹੱਥ ਹੋ ਗਈ ਮੈਂ ਤੁਹਾਨੂੰ ਦੱਸ ਰਿਹਾ ਕਿ ਇੱਕ ਜੱਜ ਬਣਾਉਣ ਵਾਲੇ ਸਾਡੇ ਲੀਡਰ ਇਸ ਜੱਜ ਨੂੰ ਬਣਾਉਣ ਵਾਲੇ ਸਾਡੇ ਲੀਡਰ ਚੰਡਾਲਾ ਭਰਾ ਤੇ ਸਾਡੇ ਬਾਦਲ ਤੇ ਉਹ ਜੱਜ ਬਣ ਕੇ ਇਹਨਾਂ ਦੀ ਪੁਛ ਪਰਾਈ ਕਰ ਰਿਹਾ ਇਹ ਜੱਜ ਇਹ ਕੋਈ ਵੀ ਇਮਾਨਦਾਰ ਜੱਜ ਜਿਹੜਾ ਉਹਦੇ ਕੋਲ ਇਹ ਪਟੀਸ਼ਨ ਆਉਂਦੀ ਤੇ ਉਸ ਵੇਲੇ ਉਹ ਪਾਸੇ ਕਰ ਦਿੰਦਾ ਦੂਸਰੇ ਬੈਂਚ ਨੂੰ ਭੇਜ ਦਿੰਦਾ ਕਿਉਂਕਿ ਮੈਂ ਇਹਨਾਂ ਨਾਲ ਸੰਬੰਧਿਤ ਰਿਹਾ ਤੁਸੀਂ ਮੇਰੇ ਪੜੋਸ ਚ ਰਹਿੰਦੇ ਹੋ ਤੁਸੀਂ ਜੱਜ ਹੋ ਮੇਰਾ ਕੇਸ ਤੁਹਾਡੇ ਕੋਲ ਆ ਜਾਏ ਤੁਸੀਂ ਉਸੇ ਟਾਈਮ ਪਾਸੇ ਕਰ ਦਿੰਦੇ ਹੋ ਕਿ ਨਹੀਂ ਮੈਂ ਇਹਨਾਂ ਨੂੰ ਨਿੱਜੀ ਤੌਰ ਤੇ ਜਾਣਨਾ ਇਹਦਾ ਅਸਲ ਪੈਸਾ ਦੇਖੋ ਜੀ ਉਹਨਾਂ ਦਾ ਜਿਹੜੇ ਅਫਸਰ ਸ਼ਾਹੀ ਆ ਜਾਂ ਜਿਹੜੀ ਉਹਨਾਂ ਦੀ ਆਪਣੀ ਫੀਲਡ ਹੈ ਉਹਨਾਂ ਦੀ ਜਾਣਕਾਰੀ ਉਹਨਾਂ ਕੋਲ ਹੋਊਗੀ ਸਾਨੂੰ ਤਾਂ ਇਹ ਲੱਗਦਾ ਹੈ ਕਿ ਇੱਕ ਇਨਵੈਸਟੀਗੇਸ਼ਨ ਹੋ ਕੇ ਲੋਅਰ ਕੋਰਟ 'ਚ ਜਾ ਚੁੱਕੀ ਹੈ ਲੋਅਰ ਕੋਰਟ ਨੇ ਐਕਸੈਪਟ ਕੀਤੀ ਆ ਅਤੇ ਆਖਰੀ ਚਲਾਨ ਜਾਣਾ ਸੀਗਾ ਬਾਦਾਂ ਦੇ ਖਿਲਾਫ ਤੋਂ ਪਹਿਲਾਂ ਜੱਜ ਨੇ ਬਰਾ ਬੰਦ ਕਰ ਦਿੱਤਾ ਹਾਈ ਕੋਰਟ ਨੇ ਉਹ ਵੀ ਸਿਵਲ ਰੇਟ ਪਟੀਸ਼ਨ 'ਚ ਇਹ ਨਾ ਤਾਂ ਇਹ ਕਿਸੇ ਵੀ ਕੋਰਟ ਦਾ ਤੇ ਵਿਰੁੱਧ ਫੈਸਲੇ ਦੇ ਵਿਰੁੱਧ ਅਪੀਲ ਸੀ ਨਾ ਰਿਵੀਜ਼ਨ ਪਟੀਸ਼ਨ ਸੀ ਇਹ ਸਿਵਲ ਰੇਟ ਪਟੀਸ਼ਨ ਹੈ ਸਿਵਲ ਰੇਟ ਪਟੀਸ਼ਨ ਦਾ ਮੈਂ ਤੁਹਾਨੂੰ ਕਹਿ ਚੁੱਕਾ ਕਿ ਇਸ ਹਾਈ ਕੋਰਟ ਦੇ ਵਿੱਚ ਉਹਦੇ ਹਿਸਟਰੀ ਦੇ ਵਿੱਚ ਇਹੋ ਜਿਹਾ ਫੈਸਲਾ ਨਾ ਕਦੇ ਹੋਇਆ ਹੋਊਗਾ ਕਿ ਨਾ ਹੋਏਗਾ ਇਹ ਬਿਲਕੁਲ ਢਿੱਲ ਤੇ ਹੈਗੀ ਆ ਢਿੱਲ ਹੈਗੀ ਤੇ ਇੱਥੋਂ ਤੱਕ ਗੱਲ ਪਹੁੰਚੀ ਅਸੀਂ ਤਾਂ ਸੋਚ ਰਹੇ ਹੁਣ ਤਾਂ ਆਮ ਤੱਕ ਟੰਗੇ ਹੋਣਗੇ ਅਸੀਂ ਇੱਥੋਂ ਤੱਕ ਸੋਚੀ ਬੈਠੇ ਸੀ ਅਸੀਂ ਜਿਹੜਾ ਸਾਡਾ ਹਿਰਦਾ ਸਾਡੀ ਵੇਦਨਾ ਸਾਡੀ ਪੀੜਾ ਉਹ ਜਿਹੜੀ ਅਸੀਂ ਤੁਹਾਨੂੰ ਦੱਸ ਦਿੱਤੀ ਆ ਅਤੇ ਇਸ ਪੀੜਾ ਨੂੰ ਉਜਾਗਰ ਕਰਾਂਗੇ ਅਸੀਂ ਪਰਸੋਂ 20 ਤਰੀਕ ਨੂੰ 11 ਵਜੇ ਸ਼ੁੱਕਰਵਾਰ 20 ਤਰੀਕ ਸ਼ੁੱਕਰਵਾਰ ਨਹੀਂ ਨਹੀਂ ਮੈਂ ਆਹ ਮੇਰੇ ਮੂੰਹ ਦੇ ਲਫ਼ਜ਼ ਨੇ ਜਿਹੜੇ ਤੁਸੀਂ ਆਪਣੇ ਮੈਨੂੰ ਪਾ ਦਿੱਤੇ ਨਾ ਮੇਰੇ ਮੂੰਹ ਦੇ ਲਫ਼ਜ਼ ਨਹੀਂ ਮੈਂ ਇੰਨੇ ਬੰਦੇ ਖੜੇ ਆ ਲਫ਼ਜ਼ ਮੇਰੇ ਮੂੰਹ ਦੇ ਨੇ ਹੱਦ ਹੋ ਗਈ ਜਾਂ ਟਾਰਗੇਟ ਦਾ ਮਤਲਬ ਹੁੰਦਾ ਨਿਸ਼ਾਨਦੇਹੀ ਤੁਸੀਂ ਹੁਣ ਮੇਰੇ ਮੂੰਹ 'ਚ ਪਾ ਕੇ ਨਾ ਅਤੇ ਉਹ ਅੱਤਵਾਦ ਨਾ ਲਿਆਓ ਤੁਹਾਡੀ ਪੈਸਲ ਵਾਹ ਆ ਜੇ ਮੈਂ ਜੋ ਕੁਛ ਕਿਹਾ ਨਾ ਮੈਂ ਜੋ ਕੁਛ ਕਿਹਾ ਡੰਕੇ ਦੀ ਜੋੜ 'ਤੇ ਮੰਨੂਗਾ ਟਾਰਗੇਟ ਦਾ ਮਤਲਬ ਹੈ ਕਿ ਉਹਨੂੰ ਨਿਸ਼ਾਨੇ ਤੇ ਲਿਆਉਣਾ ਲੋਕਾਂ ਨੂੰ ਦੱਸਣਾ ਕਿ ਸਾਡਾ ਅਸਲ ਦੁਸ਼ਮਣ ਆ ਯਾਰ ਅਸੀਂ ਧਾਰਮਿਕ ਹਾਂ ਅਸੀਂ ਲੜਾਂਗੇ ਅਸੀਂ ਇਸ ਇਲੈਕਸ਼ਨ ਤੋਂ ਕੁਛ ਨਹੀਂ ਲੈਣਾ ਤੁਸੀਂ ਜਿਹੜਾ ਸਵਾਲ ਪੁੱਛਿਆ ਕਈਓ ਤੁਹਾਡੇ ਨਾਲ ਇੱਕ ਖੜੇ ਨੇ ਅਤੇ ਤੁਹਾਡੇ ਨਾਲ ਚੱਲਣਗੇ ਇਹੀ ਹੈ ਨਾ ਸਾਨੂੰ ਕੋਈ ਪਰਵਾਹ ਨਹੀਂ ਅਸੀਂ MLA ਨਹੀਂ ਬਣਨਾ MP ਨਹੀਂ ਬਣਨਾ ਮੰਤਰੀ ਨਹੀਂ ਬਣਨਾ ਮੈਂ ਲੋਕ ਪੁੱਛਿਆ ਸੀ ਜਗਰੇਵ ਸਿੰਘ ਕਲੋਨੀ ਦਾ ਬੇਟਾ ਐਲਾਨ ਕਰ ਠੀਕ ਹੈ ਜੀ ਧੰਨਵਾਦ ਚਲੋ ਧੰਨਵਾਦ